ਸਤਸ੍ਰੀ ਅਕਾਲ ਜੀ ਦਾ ਖਾਲਸ ਟੀਵੀ ਦੇਖਣ ਵਾਲੇ ਦੇਸ਼ ਦੁਨੀਆ ਦੇ ਸਾਡੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ ਪੰਜਾਬ ਦੀਆਂ ਵੱਡੀਆਂ ਖਬਰਾਂ ਦੇ ਇਸ ਖਾਸ ਬੁਲੇਟਨ ਦੇ ਨਾਲ ਮੈਂ ਹਰਸ਼ਰਨ ਕੌਰ ਅੱਜ 16 ਮਾਰਚ ਹੈ ਦਿਨ ਸ਼ਨੀਚਰਵਾਰ ਹੈ ਨਾਮਕਸ਼ਾਹੀ ਸੰਮਤ 556 ਦੇ ਮੁਤਾਬਿਕ ਅੱਜ 3 ਚੇਤ ਹੋ ਗਿਆ ਖਬਰਾਂ ਦੇ ਇਸ ਖਾਸ ਬੁਲੇਟਿਨ ਦੇ ਵਿੱਚ ਤੁਹਾਨੂੰ ਸਾਰੀਆਂ ਵੱਡੀਆਂ ਤਾਜ਼ਾ ਤੇ ਅਹਿਮ ਖਬਰਾਂ ਦੱਸਾਂਗੇ ਸਭ ਤੋਂ ਪਹਿਲਾਂ ਮੌਸਮ ਦੀ ਤਾਜ਼ਾ ਜਾਣਕਾਰੀ ਮੌਸਮ ਵਿਭਾਗ ਦੀ ਤਾਜ਼ਾ ਭਵਿੱਖਬਾਣੀ ਦੇ ਮੁਤਾਬਕ ਆਉਂਦੇ 4 ਦਿਨ ਯਾਨੀ ਕਿ 19 ਮਾਰਚ ਤੱਕ ਮੌਸਮ ਪੰਜਾਬ ਹਰਿਆਣਾ ਤੇ ਚੰਡੀਗੜ੍ਹ ਦੇ ਵਿੱਚ ਸਾਫ਼ ਹੀ ਰਹੇਗਾ ਖੁਸ਼ਕ ਰਹੇਗਾ ਮੀਂਹ ਦੀ ਕੋਈ ਸੰਭਾਵਨਾ ਨਹੀਂ ਹੈ 13 ਤਰੀਕ ਨੂੰ ਹਲਕਾ ਮੀਂਹ ਪੈਣ ਤੋਂ ਬਾਅਦ 14 ਨੂੰ ਮੌਸਮ ਠੰਡਾ ਜਾ ਹੀ ਰਿਹਾ ਸੀ ਪਰ ਹੁਣ ਫੇਰ ਮੌਸਮ ਬਦਲਣਾ ਸ਼ੁਰੂ ਹੋ ਗਿਆ ਦਿਨੇ ਲੋਕਾਂ ਨੂੰ ਗਰਮੀ ਮਹਿਸੂਸ ਹੋਣ ਲੱਗ ਪਈ ਹੈ ਲੋਕਾਂ ਨੇ ਗਰਮੀ ਵਾਲੇ ਕੱਪੜੇ ਵੀ ਕੱਢਨੇ ਸ਼ੁਰੂ ਕਰ ਦਿੱਤੇ ਨੇ ਹਾਲਾਂਕਿ ਰਾਤ ਨੂੰ ਤੇ ਤੜਕੇ ਦੀ ਹਲਕੀ ਠੰਡ ਹਲੇ ਮਹਿਸੂਸ ਕੀਤੀ ਜਾ ਰਹੀ ਹੈ ਹਲਕੀ ਠੰਡੀ ਹਵਾ ਚੱਲਣ ਕਰਕੇ ਮੌਸਮ ਸੁਹਾਵਣਾ ਹੀ ਚੱਲ ਰਿਹਾ ਹੈ ਹਾਲਾਂਕਿ ਆਉਂਦੇ ਦਿਨਾਂ ਦੇ ਵਿੱਚ ਗਰਮੀ ਵਧਣ ਦੀ ਸੰਭਾਵਨਾ ਹੈ 19 ਮਾਰਚ ਤੱਕ ਮੌਸਮ ਖੁਸ਼ਕ ਰਹੇਗਾ ਦਿਨੇ ਤੇਜ਼ ਧੁੱਪ ਨਿਕਲੇਗੀ ਕੱਲ ਪਟਿਆਲਾ ਜ਼ਿਲ੍ਹੇ ਦਾ ਸਭ ਤੋਂ ਵੱਧ ਤਾਪਮਨ ਰਿਹਾ। ਗੁਆਂਢੀ ਸੂਬੇ ਹਰਿਆਣਾ ਦੇ ਵਿੱਚ ਕਰਨਾਲ ਦਾ ਘਟ ਰਿਹਾ ਤਾਪਮਨ ਜਦ ਕੇ ਸਭ ਤੋਂ ਵੱਧ ਹੈ ਜਿਹੜਾ ਉਹ ਰੁੱਤਕ ਦਾ ਰਿਹਾ। ਮੱਧ ਪ੍ਰਦੇਸ਼ ਦੇ ਵਿੱਚ ਮੌਸਮ ਬਦਲਣ ਵਾਲਾ ਅੱਜ ਤੋਂ ਅਗਲੇ 3 ਦਿਨਾਂ ਦੇ ਲਈ ਮੀਂਹ ਤੇ ਗੜੇਮਾਰੀ ਦੀ ਇਥੇ ਭਵਿੱਖਬਾਣੀ ਕੀਤੀ ਗਈ ਹੈ। ਮਾਰਚ ਦੇ ਵਿੱਚ ਇਥੇ ਤੀਜੀ ਵਾਰੀ ਮੌਸਮ ਬਦਲ ਰਿਹਾ ਹੈ। ਰਾਜਸਥਾਨ ਦੇ ਵਿੱਚ ਗਰਮੀ ਵਧ ਗਈ ਹੈ। ਰਾਤ ਦਾ ਤਾਪਮਨ 2 ਡਿਗਰੀ ਵਧਿਆ। ਜੈਪੁਰ ਤੇ ਅਜਮੇਰ ਦੇ ਵਿੱਚ ਤਾਂ 31 ਡਿਗਰੀ ਤੱਕ ਤਾਪਮਨ ਪਹੁੰਚ ਗਿਆ ਹੈ। ਮੌਸਮ ਵਿਭਾਗ ਮੁਤਾਬਕ ਅਗਲੇ 4 ਦਿਨ ਮੌਸਮ ਸਾਫ਼ ਰਹੇਗਾ ਹੁਣ ਅੱਜ ਤੇ ਕੱਲ੍ਹ ਦੀਆਂ ਵੱਡੀਆਂ ਖਬਰਾਂ ਭਾਰਤੀ ਚੋਣ ਕਮਿਸ਼ਨ ਅੱਜ ਲੋਕ ਸਭਾ ਅਤੇ 4 ਸੂਬਿਆਂ ਦੀਆਂ ਵਿਧਾਨ ਸਭਾਵਾਂ ਦੀਆਂ ਚੋਣਾਂ ਦਾ ਐਲਾਨ ਕਰੇਗਾ ਨਵੀਂ ਦਿੱਲੀ ਦੇ ਵਿਗਿਆਨ ਭਵਨ ਦੇ ਵਿੱਚ ਦੁਪਹਿਰੇ 3 ਵਜੇ ਇਲੈਕਸ਼ਨ ਕਮਿਸ਼ਨ ਦੀ ਪ੍ਰੈਸ ਕਾਨਫਰੰਸ ਹੋਵੇਗੀ ਜਿਸ ਵਿੱਚ ਲੋਕ ਸਭਾ ਚੋਣਾਂ ਦੇ ਨਾਲ 4 ਸੂਬਿਆਂ ਆਂਧਰਾ ਪ੍ਰਦੇਸ਼ ਸਿੱਖਮ ਅਰੁਣਾਚਲ ਪ੍ਰਦੇਸ਼ ਅਤੇ 오ਡੀਸ਼ਾ ਦੀਆਂ ਅਸੈਂਬਲੀਆਂ ਦਾ ਚੋਣ ਸ਼ਡਿਊਲ ਜਾਰੀ ਕੀਤਾ ਜਾਵੇਗਾ ਮੌਜੂਦਾ ਲੋਕ ਸਭਾ ਦੀ ਮਿਆਦ 16 ਜੂਨ ਨੂੰ ਖਤਮ ਹੋਣੀ ਹੈ ਅਤੇ ਚਾਰੇ ਸੂਬਿਆਂ ਦੀਆਂ ਅਸੈਂਬਲੀਆਂ ਦਾ ਕਾਰਜਕਾਲ ਵੀ ਜੂਨ ਮਹੀਨੇ ਦੇ ਵਿੱਚ ਵੱਖ-ਵੱਖ ਤਰੀਕਾਂ ਨੂੰ ਖਤਮ ਹੋ ਰਿਹਾ ਹੈ ਚੋਣ ਤਰੀਕਾਂ ਦਾ ਐਲਾਨ ਤਿੰਨ ਮੈਂਬਰੀ ਚੋਣ ਕਮਿਸ਼ਨ ਦੇ ਵੱਲੋਂ ਕੀਤਾ ਜਾਵੇਗਾ ਜਿਸ ਦੇ ਵਿੱਚ ਮੁੱਖ ਚੋਣ ਕਮਿਸ਼ਨਰ ਰਾਜੀਵ ਕੁਮਾਰ ਸਮੇਤ ਨਵੇਂ ਚੋਣ ਕਮਿਸ਼ਨਰ ਸੁਖਬੀਰ ਸਿੰਘ ਸੰਧੂ ਤੇ ਗਿਆਨੇਸ਼ ਕੁਮਾਰ ਸ਼ਾਮਲ ਹੋਣਗੇ ਕਿਆ ਸਰਾਈਆਂ ਨੇ ਕਿ 543 ਲੋਕ ਸਭਾ ਸੀਟਾਂ ਦੇ ਲਈ ਚੋਣਾਂ 7 ਜਾਂ 8 ਪੜਾਵਾਂ ਦੇ ਵਿੱਚ ਹੋ ਸਕਦੀਆਂ ਨੇ ਪਿਛਲੀਆਂ ਲੋਕ ਸਭਾ ਚੋਣਾਂ ਦਾ ਐਲਾਨ ਵੀ 10 ਮਾਰਚ 2019 ਨੂੰ ਜਦੋਂ ਕੀਤਾ ਗਿਆ ਸੀ ਤਾਂ ਸੱਤ ਗੀੜਾਂ ਦੇ ਵਿੱਚ ਚੋਣ ਪ੍ਰੋਗਰਾਮ ਐਲਾਨਿਆ ਗਿਆ ਸੀ। ਅੱਜ ਚੋਣ ਤਰੀਕਾਂ ਦਾ ਐਲਾਨ ਹੋਣ ਦੇ ਨਾਲ ਹੀ ਪੂਰੇ ਦੇਸ਼ ਦੇ ਵਿੱਚ ਚੋਣ ਜਾਬਤਾ ਲਾਗੂ ਹੋ ਜਾਵੇਗਾ। ਸੋ ਸਾਰੀਆਂ ਸਿਆਸੀ ਪਾਰਟੀਆਂ ਦੇ ਕੋਲ ਅੱਜ ਦੁਪਹਿਰ 3 ਵਜੇ ਤੱਕ ਦਾ ਹੀ ਸਮਾਂ ਹੈ। ਉਸ ਤੋਂ ਬਾਅਦ ਸਰਕਾਰਾਂ ਜਾਂ ਸਿਆਸੀ ਪਾਰਟੀਆਂ ਲੋਕਾਂ ਦੇ ਲਈ ਕੋਈ ਐਲਾਨ ਨਹੀਂ ਕਰ ਸਕਣਗੀਆਂ। ਉਦਰ ਸੁਪਰੀਮ ਕੋਰਟ ਨੇ 2023 ਦੇ ਉਸ ਕਾਨੂੰਨ ਤਹਿਤ ਨਵੇਂ ਚੋਣ ਕਮਿਸ਼ਨਰਾਂ ਦੀਆਂ ਨਿਯੁਕਤੀਆਂ ਤੇ ਰੋਕ ਲਾਉਣ ਤੋਂ ਇਨਕਾਰ ਕਰ ਦਿੱਤਾ ਜਿਸ ਵਿੱਚ ਭਾਰਤ ਦੇ ਚੀਫ ਜਸਟਿਸ ਨੂੰ ਚੋਣ ਕਮੇਟੀ ਤੋਂ ਬਾਹਰ ਰੱਖਿਆ ਗਿਆ ਪਟੀਸ਼ਨਰਾਂ ਨੇ ਕਿਹਾ ਕਿ ਚੋਣ ਕਮਿਸ਼ਨਰਾਂ ਦੀ ਚੋਣ ਲਈ ਇੱਕ ਮੀਟਿੰਗ ਪਹਿਲਾਂ ਤੋਂ ਹੀ ਪ੍ਰਸਤਾਵਿਤ ਸੀ ਜਸਟਿਸ ਸੰਜੀਵ ਖੰਨਾ ਦੇ ਬੈਂਚ ਦੇ ਵੱਲੋਂ ਪਟੀਸ਼ਨਰਾਂ ਨੂੰ ਇਸ ਸਬੰਧੀ ਇੱਕ ਵੱਖਰੀ ਪਟੀਸ਼ਨ ਦਾਇਰ ਕਰਨ ਦੇ ਲਈ ਆਦੇਸ਼ ਜਾਰੀ ਕੀਤੇ ਗਏ ਹਨ ਨਿਯੁਕਤੀਆਂ ਤੇ ਰੋਕ ਲਾਉਣ ਤੋਂ ਇਨਕਾਰ ਕਰਦੇ ਹੋਏ ਬੈਂਚ ਨੇ ਕਿਹਾ ਕਿ ਆਮ ਤੌਰ ਤੇ ਅਸੀਂ ਕਿਸੇ ਕਾਨੂੰਨ ਤੇ ਅੰਤਰੀਮ ਆਦੇਸ਼ ਨਹੀਂ ਰੋਕ ਨਹੀਂ ਲਾਉਂਦੇ ਹਾਂ ਲੋਕ ਸਭਾ ਚੋਣਾਂ ਦੇ ਐਲਾਨ ਤੋਂ ਪਹਿਲਾਂ ਹੀ ਕੱਲ ਬਠਿੰਡਾ ਦੇ ਐਸਪੀ ਨੇ ਜ਼ਿਲ੍ਹੇ ਦੇ ਸਾਰੇ ਲਾਇਸੈਂਸ ਧਾਰਕ ਹਥਿਆਰ ਮਾਲਕਾਂ ਨੂੰ 15 ਦਿਨਾਂ ਦੇ ਅੰਦਰ ਅੰਦਰ ਅਸਲਾ ਜਮ੍ਹਾਂ ਕਰਵਾਉਣ ਦੇ ਨਿਰਦੇਸ਼ ਜਾਰੀ ਕਰ ਦਿੱਤੇ ਨੇ ਅਸਲਾ ਮਾਲਕਾਂ ਨੂੰ ਪੁਲਿਸ ਥਾਣੇ ਤੇ ਗਨ ਹਾਊਸ ਦੇ ਵਿੱਚ ਆਪਣੇ ਹਥਿਆਰ ਜਮ੍ਹਾਂ ਕਰਵਾਉਣੇ ਪੈਣਗੇ ਚੋਣ ਐਲਾਨ ਦੇ ਨਾਲ ਹੀ ਸਾਰੇ ਜ਼ਿਲ੍ਹਿਆਂ ਦੇ ਵਿੱਚ ਇਹ ਨਿਯਮ ਲਾਗੂ ਹੋ ਜਾਏਗਾ ਸੁਪਰੀਮ ਕੋਰਟ ਨੇ ਕੱਲ EVM ਦੇ ਕੰਮਕਾਜ ਵਿੱਚ ਬੇਨਿਯਮੀਆਂ ਦਾ ਇਲਜ਼ਾਮ ਲਾਉਣ ਵਾਲੀ ਪਟੀਸ਼ਨ ਤੇ ਵਿਚਾਰ ਕਰਨ ਤੋਂ ਵੀ ਇਨਕਾਰ ਕਰ ਦਿੱਤਾ ਅਤੇ ਕਿਹਾ ਕਿ ਹਰ ਪ੍ਰਣਾਲੀ ਦੇ ਆਪਣੇ ਸਕਾਰਾਤਮਕ ਤੇ ਨਕਾਰਾਤਮਕ ਪੱਖ ਹੁੰਦੇ ਨੇ ਬੈਂਚ ਨੇ ਪਟੀਸ਼ਨਰ ਨੰਦਨੀ ਸ਼ਰਮਾ ਨੂੰ ਕਿਹਾ ਕਿ ਅਸੀਂ ਕਿੰਨੀਆਂ ਪਟੀਸ਼ਨਾਂ ਤੇ ਵਿਚਾਰ ਕਰਾਂਗੇ ਹਾਲੇ ਵਿੱਚ ਅਸੀਂ VV ਪੈਟ ਨਾਲ ਸੰਬੰਧਿਤ ਇੱਕ ਪਟੀਸ਼ਨ ਤੇ ਵਿਚਾਰ ਕੀਤਾ ਹੈ ਅਸੀਂ ਧਾਰਨਾਵਾਂ ਤੇ ਨਹੀਂ ਚੱਲ ਸਕਦੇ ਕੱਲ ਚੋਣ ਚੰਦੇ ਨਾਲ ਜੁੜੀ ਵੀ ਵੱਡੀ ਖਬਰ ਆਈ ਚੋਣ ਬਾਂਡਾਂ ਬਾਰੇ ਅਧੂਰੀ ਜਾਣਕਾਰੀ ਦੇਣ ਕਰਕੇ ਸੁਪਰੀਮ ਕੋਰਟ ਨੇ ਫੇਰ ਭਾਰਤ ਦੀ ਸਭ ਤੋਂ ਵੱਡੀ ਬੈਂਕ ਸਟੇਟ ਬੈਂਕ ਆਫ ਇੰਡੀਆ ਦੀ ਝਾੜ-ਚੰਬ ਕੀਤੀ ਸੁਪਰੀਮ ਕੋਰਟ ਨੇ ਕਿਹਾ ਕਿ ਬੈਂਕ ਨੂੰ ਹਰੇਕ ਚੋਣ ਚੰਦੇ ਦਾ ਯੂਨੀਕ ਨੰਬਰ ਮੁਹੱਈਆ ਕਰਵਾਉਣਾ ਚਾਹੀਦਾ ਸੀ ਜਿਸ ਨਾਲ ਚੰਦੇ ਦੇ ਖਰੀਦਦਾਰਾਂ ਤੇ ਚੰਦਾ ਹਾਸਲ ਕਰਨ ਵਾਲੀਆਂ ਸਿਆਸੀ ਪਾਰਟੀਆਂ ਵਿਚਾਲੇ ਸਬੰਧਾਂ ਦਾ ਖੁਲਾਸਾ ਹੋ ਜਾਂਦਾ ਸੁਪਰੀਮ ਕੋਰਟ ਨੇ ਹੁਣ ਬੈਂਕ ਨੂੰ ਨਵਾਂ ਨੋਟਿਸ ਜਾਰੀ ਕਰਕੇ ਪਰਸੋਂ 18 ਮਾਰਚ ਤੱਕ ਜਵਾਬ ਦੇਣ ਦੇ ਲਈ ਕਿਹਾ ਹੈ ਸਿਖਰਲੀ ਅਦਾਲਤ ਨੇ ਦੇਸ਼ ਦੀ ਸਿਖਰਲੀ ਬੈਂਕ ਨੂੰ ਨੋਟਿਸ ਜਾਰੀ ਕਰਕੇ ਕਿਹਾ ਹੈ ਕਿ ਉਸ ਨੇ ਯੂਨੀਕ ਅਲਫਾਨਿਊਮੈਰਿਕ ਨੰਬਰ ਜਾਰੀ ਨਾ ਕਰਕੇ ਸੁਪਰੀਮ ਕੋਰਟ ਨੇ ਨਿਰਦੇਸ਼ਾਂ ਦੀ ਤੋਹੀਨ ਕੀਤੀ ਹੈ ਤੇ ਹੁਣ ਬੈਂਕ ਨੂੰ ਇਸ ਦੇ ਕਾਰਨਾਂ ਦੀ ਜਾਣਕਾਰੀ ਵੀ ਦੇਣੀ ਪਵੇਗੀ ਕਿ ਅਜਿਹਾ ਕਿਉਂ ਕੀਤਾ ਗਿਆ ਅਦਾਲਤ ਨੇ ਕਿਹਾ ਕਿ ਸਾਰੀ ਜਾਣਕਾਰੀ ਸਾਂਝੀ ਕਰਨਾ ਬੈਂਕ ਦਾ ਫਰਜ਼ ਹੈ ਚੀਫ ਜਸਟਿਸ ਡੀワイ ਚੰਦਰ ਚੁੱਡੀ ਅਗਵਾਈ ਹੇਠਲੇ ਪੰਜ ਜੱਜਾਂ ਦੇ ਆਧਾਰਿਤ ਬੈਂਚ ਨੇ ਕਿਹਾ ਕਿ ਸੁਪਰੀਮ ਕੋਰਟ ਨੇ ਚੌਂਡ ਚੰਦਾ ਕੇਸ ਵਿੱਚ ਸੁਣਾਏ ਗਏ ਫੈਸਲੇ ਵਿੱਚ ਖਰੀਦਦਾਰਾਂ ਰਕਮ ਤੇ ਖਰੀਦਨ ਦੀ ਤਾਰੀਖ ਸਮੇਤ ਬੌਂਡਾਂ ਦੇ ਸਾਰੇ ਵੇਰਵਿਆਂ ਦਾ ਖੁਲਾਸਾ ਕਰਨ ਦੇ ਨਿਰਦੇਸ਼ ਦਿੱਤੇ ਸੀ ਸੁਪਰੀਮ ਕੋਰਟ ਦੇ ਨਵੇਂ ਆਦੇਸ਼ਾਂ ਤੋਂ ਬਾਅਦ ਕਾਂਗਰਸ ਲੀਡਰ ਰਾਹੁਲ ਗਾਂਧੀ ਨੇ ਚੌਂਡ ਬੌਂਡ ਨੂੰ ਦੁਨੀਆ ਦਾ ਸਭ ਤੋਂ ਵੱਡਾ ਜ਼ਬਰੀ ਵਸੂਲੀ ਗ੍ਰੋਹ ਦੱਸਿਆ ਅਤੇ ਇਸ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਦਿਮਾਗ ਦੀ ਕਾਰ ਕਰਾਰ ਦਿੱਤਾ ਆਪਣੀ ਯਾਤਰਾ ਦੌਰਾਨ ਠਾਣੇ ਪਹੁੰਚੇ ਰਾਹੁਲ ਗਾਂਧੀ ਨੇ ਪ੍ਰੈਸ ਕਾਨਫਰੰਸ ਕਰਦਿਆਂ ਦਾਵਾ ਕੀਤਾ ਕਿ ਇਸ ਯੋਜਨਾ ਰਾਹੀਂ ਇਕੱਠੀ ਕੀਤੀ ਗਈ ਰਕਮ ਦੀ ਵਰਤੋਂ ਸ਼ਿਵ ਸੇਨਾ ਤੇ ਐਨਸੀਪੀ ਵਰਗੀਆਂ ਸਿਆਸੀ ਤਰ੍ਹਾਂ ਨੂੰ ਤੋੜਨ ਤੇ ਸਰਕਾਰਾਂ ਨੂੰ ਡੇਗਣ ਲਈ ਕੀਤੀ ਗਈ। ਕਾਂਗਰਸ ਦੇ ਕੌਮੀ ਪ੍ਰਧਾਨ ਮਲਕਾਰਜਨ ਖੜਗੇ ਨੇ ਮੰਗ ਕੀਤੀ ਕਿ ਭਾਜਪਾ ਦੇ ਖਾਤਿਆਂ ਨੂੰ ਵੀ ਹੁਣ ਫ੍ਰੀਜ਼ ਕਰ ਦੇਣਾ ਚਾਹੀਦਾ ਹੈ। ਸੁਪਰੀਮ ਕੋਰਟ ਨੇ ਕਹਿੰਦੇ ਸਾਫ਼ ਕਰ ਦਿੱਤਾ ਹੈ ਕਿ ਕਿਵੇਂ ਭਾਜਪਾ ਨੇ ਚੋਣ ਚੰਦੇ ਦੇ ਜ਼ਰੀਏ ਪੈਸੇ ਜਮ੍ਹਾਂ ਕੀਤੇ। ਐਸਬੀਆਈ ਦੇ ਅੰਕੜੇ ਇਹ ਦਿਖਾਉਂਦੇ ਨੇ ਕਿ 50% ਦੀ बीजेपी बॉन्ड ने जबकि ग्यारह फीसदी कांग्रेस बॉन्ड ने थ्रो इलेक्शन बॉन्ड सेम थिंग कांग्रेस फ्रॉम वर्कर्स इवन अदर स्मॉल स्मॉल डोनर्स अवर अकाउंट इज क्लोज देर अकाउंट इज ओपन एंड दू देस थाउजेंड क्रोर एंड whereas the others have got little money, little money. and opposition parties account, if you please, then how they will fight election and where is the level playing ground? they are doing this. therefore, i demand an inquiry. ਆਮ ਆਦਮੀ ਪਾਰਟੀ ਨੇ ਭਾਜਪਾ ਨੂੰ ਚੋਣ ਬੰਡਾ ਰਾਹੀਂ ਮਿਲੇ ਕੁੱਲ ਫੰਡਾਂ ਦੇ ਵੇਰਵਿਆਂ ਦਾ ਖੁਲਾਸਾ ਕਰਨ ਦੀ ਚੁਣੌਤੀ ਦਿੱਤੀ ਹੈ। ਆਪ ਨੇ ਭਾਜਪਾ ਤੇ ਈਡੀ ਵੱਲੋਂ ਛਾਪਾਂ ਮਾਰਨ ਵਾਲੀਆਂ ਕੰਪਨੀਆਂ ਤੋਂ ਫੰਡ ਲੈਣ ਦਾ ਦੋਸ਼ ਲਾਇਆ। ਸੀਪੀਆਈਐਮ ਨੇ ਵੀ ਕਿਹਾ ਕਿ ਚੋਣ ਬੰਡਾ ਭਾਰਤ ਦੇ ਵਿੱਚ ਸਿਆਸੀ ਭ੍ਰਿਸ਼ਟਾਚਾਰ ਦਾ ਸਭ ਤੋਂ ਵੱਡਾ ਮਾਮਲਾ ਹੈ। ਸੋ ਸੁਪਰੀਮ ਕੋਰਟ ਦੇ ਨਵੇਂ ਆਦੇਸ਼ਾਂ ਤੋਂ ਬਾਅਦ ਹੁਣ ਇਹ ਜਾਣਕਾਰੀ ਮਿਲ ਸਕੂਗੀ। ਕਿ ਕਿਹੜੀ ਕੰਪਨੀ ਨੇ ਕਿਹੜੀ ਸਿਆਸੀ ਪਾਰਟੀ ਨੂੰ ਕਿੰਨਾ ਚੰਦਾ ਦਿੱਤਾ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਦਿੱਲੀ ਦੀ ਮੈਜਿਸਟ੍ਰੇਟੀ ਅਦਾਲਤ ਨੇ ਝਟਕਾ ਦੇ ਦਿਆਂ ਕੇਜਰੀਵਾਲ ਖਿਲਾਫ ਜਾਰੀ ਹੁਕਮਾਂ ਤੇ ਰੋਕ ਲਾਉਣ ਤੋਂ ਨਾਂ ਕਰ ਦਿੱਤੀ ਹੈ ਦਿੱਲੀ ਦੀ ਰਾਊਜ਼ ਐਵੇਨਿਊ ਅਦਾਲਤ ਨੇ ਈਡੀ ਦੇ ਸਮਣਾ ਤੇ ਰੋਕ ਲਾਉਣ ਤੋਂ ਇਨਕਾਰ ਕਰਦੇ ਹੋਏ ਅਰਵਿੰਦ ਕੇਜਰੀਵਾਲ ਦੀ ਪਟੀਸ਼ਨ ਖਾਰਜ ਕਰ ਦਿੱਤੀ ਅਤੇ ਇਸ ਮਾਮਲੇ ਦੇ ਵਿੱਚ ਨਿੱਜੀ ਹਾਜ਼ਰੀ ਤੋਂ ਛੋਟ ਮੰਗਣ ਲਈ ਮੈਜਿਸਟ੍ਰੇਟ ਕੋਲ ਪਹੁੰਚ ਕਰਨ ਲਈ ਕਿਹਾ ਹੈ ਅਰਵਿੰਦ ਕੇਜਰੀਵਾਲ ਨੇ ਦਿੱਲੀ ਸ਼ਰਾਬ ਨੀਤੀ ਮਾਮਲੇ ਦੇ ਵਿੱਚ ਈਡੀ ਦੀਆਂ ਸ਼ਿਕਾਇਤਾਂ ਤੇ ਵਧੇਕ ਮੁੱਖ ਮੈਟਰੋਪੋਲੀਟਨ ਮੈਜਿਸਟ੍ਰੇਟ ਵੱਲੋਂ ਉਹਨਾਂ ਨੂੰ ਜਾਰੀ ਸਮਨਾਂ ਨੂੰ ਚੈਲੰਜ ਕਰਦੇ ਹੋਏ ਸੈਸ਼ਨ ਅਦਾਲਤ ਦਾ ਰੁਖ ਕੀਤਾ ਪਰ ਅਦਾਲਤ ਨੇ ਕੇਜਰੀਵਾਲ ਨੂੰ ਕੋਈ ਰਾਹਤ ਨਾ ਦਿੰਦੇ ਹੋਏ ਅੱਜ 16 ਮਾਰਚ ਨੂੰ ਪੇਸ਼ ਹੋਣ ਦਾ ਨਿਰਦੇਸ਼ ਦਿੱਤਾ ਹੈ ਯਾਨੀ ਕਿ ਸ਼ਰਾਬ ਘੁਟਾਲੇ ਦੇ ਵਿੱਚ ਅਰਵਿੰਦ ਕੇਜਰੀਵਾਲ ਦੀ ਅੱਜ ਪੇਸ਼ੀ ਹੈ ਰਾਉਜ਼ ਐਵੇਨਿਊ ਅਦਾਲਤ ਨੇ ਕੇਜੀਵਾਲ ਦੀ ਪਟੀਸ਼ਨ ਤੇ ਸੁਣਵਾਈ ਕਰਦਿਆਂ ਅੰਤਰੀਮ ਰਾਹਤ ਬਾਰੇ ਫੈਸਲਾ ਰੱਖਵਾ ਰੱਖ ਲਿਆ। ਸੋ ਦੇਖਣਾ ਹੋਵੇਗਾ ਕਿ ਅੱਜ ਅਰਵਿੰਦ ਕੇਜੀਵਾਲ ਪੇਸ਼ ਹੁੰਦੇ ਨੇ ਜਾਂ ਫਿਰ ਨਹੀਂ। ਈਡੀ ਨੇ ਕੱਲ ਇੱਕ ਹੋਰ ਵੱਡੀ ਕਾਰਵਾਈ ਕਰਦਿਆਂ ਆਪਕਾਰੀ ਨੀਤੀ ਘੁਟਾਲੇ ਦੇ ਵਿੱਚ ਬੀਆਰਐਸ ਲੀਡਰ ਕੇ ਕਵਿਤਾ ਨੂੰ ਗ੍ਰਿਫਤਾਰ ਕਰ ਲਿਆ ਹੈ ਤੇਲੰਗਾਨਾ ਦੇ ਸਾਬਕਾ ਮੁੱਖ ਮੰਤਰੀ ਚੰਦਰਸ਼ੇਖ ਰਾਓ ਦੀ ਧੀ ਕਵਿਤਾ ਨੂੰ ਐਨਫੋਰਸਮੈਂਟ ਡਾਇਰੈਕਟੋਰੇਟ ਦੀ ਟੀਮ ਪੁਛ ਪੜਤਾਲ ਦੇ ਲਈ ਦਿੱਲੀ ਲੈ ਕੇ ਕੱਲ ਰਾਤ ਹੀ ਪਹੁੰਚ ਗਈ ਸੀ ਈਡੀ ਅਧਿਕਾਰੀਆਂ ਦੇ ਵੱਲੋਂ ਕੱਲ ਦੁਪਹਿਰ ਤੋਂ ਹੀ ਕਵਿਤਾ ਦੇ ਟਿਕਾਣਿਆਂ ਤੇ ਛਾਪੇ ਮਾਰੇ ਜਾ ਰਹੇ ਸਨ ਰਾਤ 8:45 ਮਿੰਟ ਤੇ ਉਹਨਾਂ ਨੂੰ ਫਲਾਈਟ ਰਾਹੀਂ ਦਿੱਲੀ ਲਜਾਇਆ ਗਿਆ ਇਸ ਦੌਰਾਨ ਬੀਆਰਐਸ ਪਾਰਟੀ ਦੇ ਕਾਰਜਕਾਰੀ ਪ੍ਰਧਾਨ ਕੇਟੀ ਰਾਮਾ ਰਾਓ ਤੇ ਸਾਬਕਾ ਮੰਤਰੀ ਹਰੀਸ਼ ਰਾਓ ਸਮੇਤ ਵੱਡੀ ਗਿਣਤੀ ਵਿੱਚ ਪਾਰਟੀ ਵਰਕਰਾਂ ਨੇ ਕਵਿਤਾ ਦੇ ਘਰ ਦੇ ਬਾਹਰ ਨਾਰੇਬਾਜ਼ੀ ਕਰਦਿਆਂ ਕੇਂਦਰ ਸਰਕਾਰ ਤੇ ਬਦਲਾਖੋਰੀ ਦੀ ਕਾਰਵਾਈ ਕਰਨ ਦੇ ਦੋਸ਼ ਲਾਏ ਤਿੱਖੀ ਨਾਰੇਬਾਜ਼ੀ ਕੀਤੀ ਗਈ ਬੀਆਰਐਸ ਪਾਰਟੀ ਦੇ ਬੁਲਾਰੇ ਨੇ ਵੀ ਦੋਸ਼ ਲਾਇਆ ਕਿ ਇਹ ਛਾਪੇ ਸਿਆਸਤ ਤੋਂ ਪ੍ਰੇਰਿਤ ਹਨ ਤੇ ਬੀਜੇਪੀ ਵੱਲੋਂ ਸਾਡੀ ਪਾਰਟੀ ਦੇ ਲੀਡਰਾਂ ਨੂੰ ਤੰਗ ਪਰੇਸ਼ਾਨ ਕਰਨ ਲਈ ਮਾਰੇ ਜਾ ਰਹੇ ਨੇ ਇਸ ਮਾਮਲੇ ਦੇ ਵਿੱਚ ਪਿਛਲੇ ਸਾਲ ਕਵਿਤਾ ਤੋਂ ਈੜੀ ਤਿੰਨ ਵਾਰੀ ਪੁੱਛ ਪੜਤਾਲ ਕਰ ਚੁੱਕੀ ਹੈ ਇਸ ਸਾਲ ਉਸ ਨੂੰ ਮੁੜ ਤੋਂ ਤਲਬ ਕੀਤਾ ਗਿਆ ਸੀ ਪਰ ਸੁਪਰੀਮ ਕੋਰਟ ਦੇ ਹੁਕਮ ਦਾ ਹਵਾਲਾ ਦਿੰਦੀ ਹੋਈ ਪੇਸ਼ ਨਹੀਂ ਹੋਈ ਕਿਉਂਕਿ ਅਦਾਲਤ ਨੇ ਉਸ ਨੂੰ ਕਿਸੇ ਵੀ ਸਜ਼ਾ ਜਾਂ ਆਫਤਾ ਕਾਰਵਾਈ ਤੋਂ ਸੁਰੱਖਿਆ ਪ੍ਰਦਾਨ ਕੀਤੀ ਹੋਈ ਸੀ ਦਰਅਸਲ ਇਹ ਨੇ ਦਾਵਾ ਕੀਤਾ ਸੀ ਕਿ ਕਵਿਤਾ ਸ਼ਰਾਬ ਕਾਰੋਬਾਰੀਆਂ ਦੀ ਲੌਬੀ ਸਾਊਥ ਗਰੁੱਪ ਨਾਲ ਜੁੜੀ ਹੋਈ ਸੀ ਜੋ ਕਿ 2021-22 ਵਾਸਤੇ ਦਿੱਲੀ ਆਪਕਾਰੀ ਨੀਤੀ ਵਿੱਚ ਇੱਕ ਵੱਡੀ ਭੂਮਿਕਾ ਨਿਭਾਉਣ ਦੀ ਕੋਸ਼ਿਸ਼ ਕਰ ਰਹੀ ਸੀ ਹਾਲਾਂਕਿ ਨੀਤੀ ਹੁਣ ਰੱਦ ਕੀਤੀ ਜਾ ਚੁੱਕੀ ਹੈ ਪਰ ਇਸੇ ਮਾਮਲੇ ਦੇ ਵਿੱਚ ਦਿੱਲੀ ਸਰਕਾਰ ਦੇ ਦੋ ਹੋਰ ਵੱਡੇ ਲੀਡਰ ਵੀ ਜੇਲ੍ਹ ਦੇ ਵਿੱਚ ਹਨ ਇਦਿਨੇ ਦੋਸ਼ ਲਾਇਆ ਹੈ ਕਿ ਕਵਿਤਾ ਸਮੇਤ ਤਿੰਨ ਹੋਰ ਜਣਿਆਂ ਨੇ ਸਾਊਥ ਗਰੁੱਪ ਤੋਂ ਘੱਟੋ-ਘੱਟ 100 ਕਰੋੜ ਦੀ ਰਿਸ਼ਵਤ ਲਈ ਸੀ ਤੇ ਇਹ ਰਾਸ਼ੀ ਆਮ ਆਦਮੀ ਪਾਰਟੀ ਦੇ ਲੀਡਰਾਂ ਨੂੰ ਦੇਣ ਲਈ ਇੱਕ ਹੋਰ ਮੁੱਲਜ਼ਮ ਨਾਇਰ ਨੂੰ ਦਿੱਤੀ ਗਈ ਸੀ ਕਰਨਾਟਕਾ ਤੋਂ ਵੱਡੀ ਖਬਰ ਹੈ ਜਿੱਥੇ ਸੀਨੀਅਰ ਬੀਜੇਪੀ ਲੀਡਰ ਅਤੇ ਸਾਬਕਾ ਮੁੱਖ ਮੰਤਰੀ ਬੀਐਸ ਯੇਦੀਜੁਰਾਪਾ ਦੇ ਖਿਲਾਫ 17 ਸਾਲ ਦੀ ਮੁਟਿਆਰ ਦੀ ਮਾਂ ਵੱਲੋਂ ਦਰਜ ਸ਼ਿਕਾਇਤ ਦੇ ਆਧਾਰ 'ਤੇ ਪੋਕਸੋ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਨਵਾਲਗ ਲੜਕੀ ਦੀ ਮਾਨੇ ਸ਼ਿਕਾਇਤ ਵਿੱਚ ਯੇਦੀਜੁਰਾਪਾ ਤੇ 2 ਫਰਵਰੀ ਨੂੰ ਉਸ ਦੀ ਧੀ ਨਾਲ ਕਥਿਤ ਜਨਸੀ ਸ਼ੋਸ਼ਣ ਕੀਤੇ ਦਾ ਦਾਵਾ ਕੀਤਾ ਜੇ ਵਿਰੋਪ ਨੇ ਕਿਹਾ ਕਿ ਉਹ ਕਾਨੂੰਨੀ ਲੜਾਈ ਲੜਨਗੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਾਨੂੰਨੀ ਨੋਟਿਸ ਭੇਜ ਕੇ ਸੁਖਵਿਲਾ ਰਿਜ਼ੋਰਟ ਮਾਮਲੇ ਵਿੱਚ ਤੁਰੰਤ ਮਾਫੀ ਮੰਗਣ ਜਾਂ ਫਿਰ ਮਾਨਹਾਨੀ ਦੇ ਮੁਕੱਦਮੇ ਦਾ ਸਾਹਮਣਾ ਕਰਨ ਲਈ ਤਿਆਰ ਰਹਿਣ ਦੀ ਚੇਤਾਵਨੀ ਦਿੱਤੀ ਹੈ ਇਹ ਕਾਨੂੰਨੀ ਨੋਟਿਸ ਸੁਖਬੀਰ ਬਾਦਲ ਦੇ ਨਿੱਜੀ ਰਿਜ਼ੋਰਟ ਦੇ ਉਸਾਰੀ ਤੇ ਨਿਜਮਾ ਦੇ ਵਿੱਚ ਤਬਦੀਲੀ ਕਰਕੇ 108 ਕਰੋੜ ਰੁਪਏ ਦੀ ਛੋਟ ਦਿੱਤੇ ਜਾਣ ਸੰਬੰਧੀ ਮੁੱਖ ਮੰਤਰੀ ਵੱਲੋਂ ਲਾਏ ਗਏ ਇਲਜ਼ਾਮਾਂ ਦੇ ਸੰਬੰਧ ਵਿੱਚ ਹੈ ਸੁਖਬੀਰ ਬਾਦਲ ਨੇ ਕਿਹਾ ਕਿ 7 ਦਿਨਾਂ ਦੇ ਵਿੱਚ ਜਾਂ ਤਾਂ ਮੁੱਖ ਮੰਤਰੀ ਮਾਫੀ ਮੰਗਣ ਨਹੀਂ ਤਾਂ ਇੱਕ ਹੋਰ ਮਾਨਹਾਨੀ ਮੁਕੱਦਮਾ ਠੋਕਾਂਗਾ ਇਸ ਤੋਂ ਪਹਿਲਾਂ ਵੀ ਸੁਖਬੀਰ ਬਾਦਲ ਮੁਕਤਸਰ ਦੀ ਅਦਾਲਤ ਵਿੱਚ ਮਾਨਹਾਨੀ ਦਾ ਮੁਕੱਦਮਾ ਮੁੱਖ ਮੰਤਰੀ ਮਾਨ ਦੇ ਖਿਲਾਫ ਦਾਇਰ ਕਰਵਾ ਚੁੱਕੇ ਨੇ ਹਾਲਕਿ ਉਹ ਮਾਮਲਾ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਬਾਦਲ ਪਰਿਵਾਰ ਦੀ ਰਾਜਸਥਾਨ ਦੇ ਵਿੱਚ ਜਾਇਦਾਦ ਨੂੰ ਲੈ ਕੇ ਲਾਏ ਗਏ ਇਲਜ਼ਾਮਾਂ ਦੇ ਬਾਰੇ ਹੈ ਸੁਖਵੀਰ ਬਾਦਲ ਨੇ ਸੀਨੀਅਰ ਐਡਵੋਕੇਟ ਹਿਮਾਂਸ਼ੂ ਰਾਜ ਦੇ ਰਾਹੀਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਾਨੂੰਨੀ ਨੋਟਿਸ ਭੇਜਿਆ ਹੈ ਖਬਰਾਂ ਪੜੇ ਜਾਣ ਤੱਕ ਮੁੱਖ ਮੰਤਰੀ ਭਗਵੰਤ ਮਾਨ ਦਾ ਇਸ ਤੇ ਕੋਈ ਬਿਆਨ ਨਹੀਂ ਆਇਆ ਸੀ ਜੇ ਤੁਸੀਂ ਆਨਲਾਈਨ ਐਪ ਪੇਟੀਐਮ ਦੀ ਵਰਤੋਂ ਕਰਦੇ ਹੋ ਤਾਂ ਇਹ ਖਬਰ ਤੁਹਾਡੇ ਲਈ ਬਹੁਤ ਖਾਸ ਹੈ ਕਿਉਂਕਿ ਭਾਰਤੀ ਰਿਜ਼ਰਵ ਬੈਂਕ ਦੇ ਵੱਲੋਂ ਜਾਰੀ ਕੀਤੀਆਂ ਗਈਆਂ ਹਦਾਇਤਾਂ ਮੁਤਾਬਕ ਪੇਟੀਐਮ ਫਾਸਟੈਗ ਖਪਤਕਾਰ ਅੱਜ ਤੋਂ ਫਾਸਟੈਗ ਦਾ ਰੀਚਾਰਜ ਨਹੀਂ ਕਰ ਸਕਣਗੇ ਹਾਲਾਂਕਿ 15 ਮਾਰਚ ਤੋਂ ਬਾਅਦ ਵੀ ਖਾਤੇ ਵਿੱਚ ਪਈ ਬਕਾਇਆ ਰਾਸ਼ੀ ਜ਼ਰੀਏ ਫਾਸਟੈਗ ਦਾ ਭੁਗਤਾਨ ਤਾਂ ਕੀਤਾ ਜਾ ਸਕਦਾ ਹੈ ਪਰ ਪੇਟੀਐਮ ਬੈਂਕ ਦੇ ਵਿੱਚ ਹੋਰ ਪੈਸਾ ਨਹੀਂ ਪਾਇਆ ਜਾ ਸਕਦਾ ਖਪਤਕਾਰ ਫਾਸਟੈਗ ਐਪ ਦੇ ਜ਼ਰੀਏ ਆਪਣੀ ਪੇਟੀਐਮ ਫਾਸਟੈਗ ਨੂੰ ਬੰਦ ਕਰ ਸਕਦੇ ਨੇ ਇਸ ਲਈ ਪਹਿਲਾਂ ਪੇਟੀਐਮ ਐਪ ਖੋਲ ਕੇ ਉਸ ਤੇ ਮੈਨੇਜ ਫਾਸਟੈਗ ਲੱਭਣਾ ਪਊਗਾ ਇਸ ਤੋਂ ਬਾਅਦ ਸੱਜੇ ਹੱਥ ਸਿਖਰ ਤੇ ਆਉਂਦੀ ਕਲੋਜ਼ ਫਾਸਟੈਗ ਆਪਸ਼ਨ ਤੇ ਕਲਿੱਕ ਕਰਨਾ ਪਏਗਾ ਤੇ ਫਿਰ ਫਾਸਟੈਗ ਬੰਦ ਕਰਨ ਦਾ ਪੁਸ਼ਟੀ ਮੈਸੇਜ ਆਵੇਗਾ ਇਸ ਤੋਂ ਬਾਅਦ ਪੰਜ ਤੋਂ 7 ਦਿਨਾਂ ਦੇ ਅੰਦਰ ਅੰਦਰ ਪੀਟੀਐਮ ਫਾਸਟੈਗ ਬੰਦ ਹੋ ਜਾਏਗਾ ਹਰਿਆਣਾ ਦੇ ਨਵੇਂ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੇ ਮੰਤਰੀ ਮੰਡਲ ਦਾ ਅੱਜ ਪਹਿਲਾ ਵਿਸਤਾਰ ਹੋਵੇਗਾ ਮੰਤਰੀ ਮੰਡਲ ਦੇ ਵਿਸਤਾਰ ਲਈ ਦਿੱਲੀ ਤੋਂ ਮਨਜ਼ੂਰੀ ਮਿਲ ਚੁੱਕੀ ਹੈ ਨਵੇਂ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਤੇ ਸਾਬਕਾ ਮੁੱਖ ਮੰਤਰੀ ਮਨੋਹਰ لال ਖੱਟਰ ਇਸ ਸਬੰਧੀ ਦਿੱਲੀ ਮੌਜੂਦ ਰਹੇ ਜਾਣਕਾਰੀ ਮੁਤਾਬਿਕ ਟੀਬੀਐਸਐਨ ਪ੍ਰਸਾਦ ਹਰਿਆਣਾ ਦੇ ਨਵੇਂ ਮੁਖਸਕਤਰ ਲਾਏ ਜਾ ਰਹੇ ਨੇ ਹਰਿਆਣਾ ਬਿਜਲੀ ਨਿਗਮ ਦੇ ਚੇਅਰਮੈਨ ਪੀਕੇ ਦਾਸ ਨੇ ਅਸਤੀਫਾ ਦੇ ਦਿੱਤਾ ਪੰਜਾਬ ਹਰਿਆਣਾ ਤੇ ਦਿੱਲੀ ਤੋਂ ਬਾਅਦ ਆਮ ਆਦਮੀ ਪਾਰਟੀ ਨੇ ਗੁਜਰਾਤ ਦੇ ਵਿੱਚ ਵੀ ਲੋਕ ਸਭਾ ਚੋਣ ਪ੍ਰਚਾਰ ਮੁਹਿੰਮ ਦੀ ਸ਼ੁਰੂਆਤ ਕਰ ਦਿੱਤੀ ਹੈ ਇਸ ਮੌਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਖਾਸ ਤੌਰ ਤੇ ਗੁਜਰਾਤ ਪਹੁੰਚੇ ਇਥੇ ਲੋਕਾਂ ਨੂੰ ਸੰਬੋਧਨ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੂੰ ਨੈਸ਼ਨਲ ਪਾਰਟੀ ਬਣਾਉਣ ਦੇ ਵਿੱਚ ਗੁਜਰਾਤ ਦਾ ਵੱਡਾ ਯੋਗਦਾਨ ਰਿਹਾ ਹੈ। ਗੁਜਰਾਤੀਆਂ ਸਦਕਾ ਹੀ ਕਹਿੰਦੇ ਆਮ ਆਦਮੀ ਪਾਰਟੀ ਦੇਸ਼ ਦੀਆਂ ਤਿੰਨ ਮੁੱਖ ਪਾਰਟੀਆਂ ਦੇ ਵਿੱਚੋਂ ਇੱਕ ਹੈ। ਪੰਜਾਬ ਦੇ ਵਿੱਚ ਆਪਣੀ ਸਰਕਾਰ ਦੇ ਵੱਲੋਂ ਕੀਤੇ ਕੰਮਾਂ ਨੂੰ ਗਿਣਵਾਉਂਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਗੁਜਰਾਤ ਵਾਸੀਆਂ ਨੂੰ ਅਪੀਲ ਕੀਤੀ ਕਿ ਅਸੀਂ ਲੋਕਾਂ ਦੇ ਹੱਕਾਂ ਲਈ ਇਕੱਲੇ ਕੇਂਦਰ ਨਾਲ ਲੜ ਰਹੇ ਹਾਂ। ਹੁਣ ਤੁਹਾਡੇ ਸਾਥ ਦੀ ਲੋੜ ਹੈ। ਲੋਕ ਸਭਾ ਚੋਣਾਂ 'ਚ ਆਮ ਆਦਮੀ ਪਾਰਟੀ ਦੇ ਦੋ ਉਮੀਦਵਾਰਾਂ ਨੂੰ ਜਿਤਾ ਕੇ ਸੰਸਦ ਵਿੱਚ ਭੇਜੋ। किसी भी सुबे अधिकार खोन नहीं हर रोज सेंटर सरकार कोई ना कोई, कोई, ना कोई आ, हमारा गवर्नर से लड़ना पड़ता है लेने पड़ते हैं पैसा रोक रखा है हमारा है कम से कम आठ हजार करोड़ पंजाब का जो है ना पैसा वो रोक रखा है क्योंकि वहां उनकी सरकार नहीं है वैसे रोक लो आर डी एफ रूरल डेवलपमेंट फंड का पैसा रोक रखा है नेशनल हेल्थ मिशन का पैसा रोक रखा है तो वो पैसा दिल्ली में भी ऐसे करते हैं जब भी कोई जब भी कोई अरविंद केजरीवाल लोगों के पक्ष की कोई स्कीम चलाते हैं हैं इमीडिएटली रोक लेते हैं। तो हम हमले लड़ रहे हैं आप लोग हमें थोड़े हाथ दो थोड़ी आवाज दो ताकि हम इकट्ठे जब हमारे पास दस तो ऑलरेडी हमारे पास राज्यसभा में है पच्चीस तीस हमारे अगर लोकसभा में है तो जिसकी मर्जी सरकार हो 30 40 ਲੋਕ ਜਦ ਇੱਕ ਸਾਥ बोलेंगे तो मजा आला किसी स्टेट का कुछ कुछ अधिकार जो है वो ये छीन लें या कोई रुकावट डाल के दिखाएं शंभू और खनोरी बॉर्डर पे ਕਿਸਾਨਾਂ ਦੇ ਮੋਰਚਿਆਂ ਦਾ ਦੂਸਰਾ ਮਹੀਨਾ ਚੱਲ ਰਿਹਾ ਹੈ ਤੇ ਕੱਲ ਕਿਸਾਨਾਂ ਵੱਲੋਂ ਸ਼ਹੀਦ ਕਿਸਾਨ ਸ਼ੁਭਕਰਨ ਸਿੰਘ ਦੇ ਜੱਦੀ ਪਿੰਡ ਬੱਲੋ ਤੋਂ ਦੇਸ਼ ਵਿਆਪੀ ਸ਼ਹੀਦੀ ਕਲਸ਼ ਯਾਤਰਾ ਦੀ ਸ਼ੁਰੂਆਤ ਕੀਤੀ ਗਈ ਕੱਲ ਪਹਿਲੇ ਦਿਨ ਸ਼ਹੀਦ ਸ਼ੁਭਕਰਨ ਸਿੰਘ ਦੀਆਂ ਆਸਥੀਆਂ ਕਿਸਾਨਾਂ ਦੇ ਕਾਫਲੇ ਦੇ ਵੱਲੋਂ ਪਿੰਡ ਬੱਲੋ ਤੋਂ ਪਹਿਲਾਂ ਖਨੌਰੀ ਬਾਰਡਰ ਤੇ ਫਿਰ ਸ਼ੰਭੂ ਬਾਰਡਰ ਤੇ ਲਜਾਈਆਂ ਗਈਆਂ ਜਦੋਂ ਸ਼ੁਭਕਰਨ ਸਿੰਘ ਦੀਆਂ ਆਸਥੀਆਂ ਦਾ ਕਲਸ਼ ਖਨੌਰੀ ਬਾਰਡਰ ਤੇ ਪਹੁੰਚਿਆ ਤਾਂ ਮਾਹੌਲ ਭਾਵੁਕ ਹੋ ਗਿਆ ਕਿਸਾਨਾਂ ਨੇ ਸ਼ਹੀਦ ਸ਼ੁਭਕਰਨ ਸਿੰਘ ਅਮਰ ਰਹੀ ਦੇ ਨਾਰੇ ਵੀ ਲਾਈ ਇਸ ਮੌਕੇ ਕਿਸਾਨ ਲੀਡਰ ਸਰਵੰਤ ਸਿੰਘ ਪੰਦੇਰ ਸਮੇਤ ਜਗਜੀਤ ਸਿੰਘ ਢੱਲੇਵਾਲ ਤੇ ਅਭਿਵੰਨਿਉ ਕੋਹਾੜ ਮੌਜੂਦ ਸਨ ਇਕ ਕਲਸ਼ ਯਾਤਰਾ ਅੱਜ ਤੜਕੇ 11 ਵਜੇ ਸ਼ੰਭੂ ਬਾਰਡਰ ਤੋਂ ਸ਼ੁਰੂ ਹੋਵੇਗੀ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਮੋਹਾਲੀ ਤੇ ਚੰਡੀਗੜ੍ਹ ਰਾਹੀਂ ਹੁੰਦੀ ਹੋਈ ਹਰਿਆਣਾ ਵਿੱਚ ਦਾਖਲ ਹੋਵੇਗੀ ਇਹ ਸ਼ੰਭੂ ਬਾਰਡਰ ਤੋਂ ਬਨੂੜ ਬਨੂੜ ਤੋਂ ਡੈੜੀ ਡੈੜੀ ਤੋਂ ਲਾਂਡਰਾ ਲਾਂਡਰਾ ਤੋਂ ਗੁਰਦੁਆਰਾ ਸੋਹਾਨਾ ਸਾਹਿਬ ਇਹ ਤੋਂ ਬਾਅਦ 22 ਦੀਆਂ ਲਟਾਂ ਵਾਲਾ ਚੌਕ ਮਨੇ ਮਾਜਰਾ ਚੌਕ ਪੰਜ ਕੂਲਾ ਸਕੇਤੜੀ ਪਿੰਡਾਂ ਜਿੱਥੇ ਰਾਤ ਆਪਾਂ ਸਟੇ ਕਰਾਂਗੇ ਜੋ ਕੁਝ ਸਾਡੇ ਨਾਲ ਬਾਰਡਰਾਂ ਤੇ ਹੋਇਆ ਅਸੀਂ ਉਹ ਗੱਲਾਂ ਲੋਕਾਂ ਦੇ ਕੋਲ ਤਾਂ ਲੈ ਕੇ ਜਾਵਾਂਗੇ ਕਿ ਸਾਡਾ ਕੀ ਕਸੂਰ ਸੀ ਸਾਡੇ ਸ਼ਹੀਦ ਸੁਭਕਰਨ ਸਿੰਘ ਜੀ ਦਾ ਕੀ ਕਸੂਰ ਸੀ ਉਹਨੂੰ ਕਿਉਂ ਗੋਲੀ ਮਾਰੀ ਗਈ ਕਿ ਦੇਸ਼ ਦੀ ਰਾਜਧਾਨੀ ਵਿੱਚ ਜਾ ਕੇ ਪਿਸਬਲੀ ਟੰਗਣਾ ਪ੍ਰਦਰਸ਼ਨ ਕਰਨਾ ਗਨਾਹ ਸੀ ਜਾਂ ਐਮਐਸਬੀ ਲੀਗਲ ਗਰੰਟੀ ਕਾਨੂੰਨ ਕਿਸਾਨਾਂ ਮਜ਼ਦੂਰਾਂ ਨੂੰ ਕਰਦਾ ਮੁਕਤ ਕਰਾਉਣਾ ਸੀ 250 ਦੇ ਅਨਸਾਰ ਫਸਲਾਂ ਦੇ ਭਾਅ ਲੈਣੇ ਖਨਾਉੜੀ ਗੋਲੀ ਕਾਂਡ ਦਾ ਹੁਣ ਤੇ ਲਖੀਮਪੁਰ ਕਾਂਡ ਦਾ ਇਨਸਾਫ ਮੰਗਣਾ ਇਹ ਹੁਣ ਗਨਾਹ ਹੈਗਾ ਸੋ ਇਸ ਕਰਕੇ ਸਰਕਾਰ ਜੇਕਰ ਉੱਥੇ ਜ਼ਬਰਦਸਤੀ ਰੋਕਦੀ ਆ ਆਪਾਂ ਅਗਲੇ ਬੰਨਿਓ ਟਕਰਾ ਪੈਦਾ ਨਹੀਂ ਕਰਨਾ ਹੈਗਾ ਅਸੀਂ ਦੇਸ਼ ਦੁਨੀਆ ਨੂੰ ਸਰਕਾਰ ਦਾ ਚਿਹਰਾ ਨੰਗਾ ਕਰਾਂਗੇ ਇਸ ਮੌਕੇ ਪ੍ਰੈਸ ਕਾਨਫਰੰਸ ਕਰਦੇ ਆ ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਕਿ ਸ਼ਹੀਦ ਸੁਭਕਰਨ ਸਿੰਘ ਦੀਆਂ ਅਸਥੀਆਂ ਦੀ ਕਲਸ਼ ਯਾਤਰਾ ਭਾਰਤ ਦੇ ਵੱਖ-ਵੱਖ ਸੂਬਿਆਂ ਦੇ ਵਿੱਚ ਪਹੁੰਚੇਗੀ ਹਰਿਆਣਾ ਦੇ ਵਿੱਚ ਕਿਸਾਨਾਂ ਦੇ ਵੱਡੇ ਕਾਫਲੇ ਇਸ ਯਾਤਰਾ ਦੇ ਨਾਲ ਜੁੜਨ ਵਾਸਤੇ ਤਿਆਰ ਹਨ ਅੰਬਾਲਾ ਅਤੇ ਹਿਸਾਰ ਦੇ ਵਿੱਚ ਵੱਖ-ਵੱਖ ਤਰੀਕਾਂ ਤੇ ਵੱਡੇ ਸ਼ਹੀਦੀ ਸਮਾਗਮ ਕੀਤੇ ਜਾਣਗੇ ਕਿਸਾਨਾਂ ਨੇ ਦੱਸਿਆ ਕਿ ਇਸ ਯਾਤਰਾ ਦਾ ਮਕਸਦ ਪੂਰੇ ਦੇਸ਼ ਨੂੰ ਇਹ ਦੱਸਣਾ ਹੈ ਕਿ ਕਿਵੇਂ ਸਰਕਾਰਾਂ ਨੇ ਸ਼ਾਂਤਮਈ ਕਿਸਾਨਾਂ ਦੇ ਉੱਤੇ ਜ਼ਬਰਟਾਇਆ ਅਤੇ ਉਹਨਾਂ ਦੀਆਂ ਜਾਨਾਂ ਤੱਕ ਲੈ ਲਈਆਂ ਉਧਰ ਖਨੌਰੀ ਬਾਰਡਰ ਤੇ 21 ਫਰਵਰੀ ਨੂੰ ਸਰਕਾਰੀ ਜ਼ਬਰ ਜ਼ੁਲਮ ਕਾਰਨ ਜ਼ਖਮੀ ਹੋਏ ਨੌਜਵਾਨ ਕਿਸਾਨ ਪ੍ਰੀਤਪਾਲ ਸਿੰਘ ਨੂੰ ਵੀ ਕੱਲ ਪੀਜੀਆਈ ਚੰਡੀਗੜ੍ਹ ਤੋਂ ਛੁੱਟੀ ਮਿਲ ਗਈ ਹੈ ਇਸ ਮੌਕੇ ਬਲਦੇਵ ਸਿੰਘ ਸਿਰਸਾ ਸਮੇਤ ਹੋਰ ਕਿਸਾਨ ਲੀਡਰ ਪ੍ਰੀਤਪਾਲ ਸਿੰਘ ਨੂੰ ਲੈਣ ਪਹੁੰਚੇ ਸਨ ਪਰਿਵਾਰ ਵੀ ਮੌਜੂਦ ਸੀ ਉਸ ਅਕਾਲ ਪੁਰਖ ਦਾ ਕੋਟਨ ਕੋਟ ਧੰਨਵਾਦ ਹੈ ਉਹਦਾ ਬਹੁਤ ਹੀ ਅਸੀਂ ਉਹਦੇ ਸ਼ੁਕਰਗੁਜ਼ਾਰ ਜਿਨ੍ਹਾਂ ਦੀ ਅਪਾਰ ਬਖਸ਼ਿਸ਼ ਸਾਡਾ ਓਨਹਾਰ ਸਰਦੀ ਕਲਾ ਦਾ ਜਿਹੜਾ ਕਿ ਅਮਰਤਾਰੀ ਸਿੰਘ ਜਿਹਨੂੰ ਹਰਿਆਣਾ ਪੁਲਿਸ ਨੇ 21 ਤਰੀਕ ਨੂੰ ਜ਼ਬਰਦਸਤੀ ਪੰਜਾਬ ਦੇ ਵਿੱਚੋਂ ਉਠਾ ਕੇ ਲੈ ਗਏ ਹੁਣ ਸੇਤ ਮਾਰੇ ਦੀ ਕਿਰਪਾ ਹੁਣ ਅੱਜ ਤਾਂ ਹੀ ਡਾਕਟਰਾਂ ਨੇ ਉਹਨਾਂ ਨੂੰ ਜਿਹੜੀ ਆ ਮਲਕੇ ਘਰ ਜਾਣ ਦੀ ਜਿਹੜੀ ਆ ਉਹ ਘਰ ਜਾਣ ਵਾਸਤੇ ਛੁੱਟੀ ਦਿੱਤੀ ਆ ਪ੍ਰੀਤਪਾਲ ਸਿੰਘ ਭਾਵੇਂ ਹਾਲੇ ਵੀ ਚੰਗੀ ਤਰ੍ਹਾਂ ਬੋਲਣ ਤੋਂ ਅਸਮਰੱਥ ਹੈ ਪਰ ਬੋਲਣ ਦੀ ਕੋਸ਼ਿਸ਼ ਕਰਦੇ ਆ ਪ੍ਰੀਤਪਾਲ ਸਿੰਘ ਨੇ ਫੇਰ ਕਿਹਾ ਇਸ ਸੇਤਜਾਬ ਹੋਣ ਤੋਂ ਬਾਅਦ ਮੈਂ ਮੁੜ ਕਿਸਾਨ ਮੋਰਚੇ ਵਿੱਚ ਜਾਵਾਂਗਾ। ਸੀ ਮੈਜਿਸਟਰ ਸਾਹਿਬ ਨੇ ਵੀ ਉਹ ਹੋਇਆ ਸੀਗਾ। ਇਹ ਕਲੀਅਰ ਸੀ ਤੁਹਾਨੂੰ ਵੀ ਪੁਲਿਸ ਵਾਲਿਆਂ ਨੇ ਤੁਹਾਡੇ ਨਾਲ ਇਸ ਤਰ੍ਹਾਂ ਦਾ ਕੀ ਰੱਖਿਆ ਸੀ। ਹਾਂਜੀ। ਕੱਲੀ ਗੱਲ ਬੋਲਿਸ਼ ਵਾਲੇ ਸੀਗੇ। ਪੁਲਿਸ ਵਾਲੇ ਸੀਗੇ। ਹਾਂਜੀ। ਕਿਉਂਕਿ ਮੈਜਿਸਟਰ ਵੀ ਤੁਹਾਡੇ ਬਿਆਨ ਲੈ ਕੇ ਗਏ ਨੇ ਕਿ ਹੁਣ ਹਾਂਜੀ। ਉਹਦੇ ਸਿਚੁਏਸ਼ਨ ਦੋਨੇ ਪਾਸਿਓਂ ਇਸ ਤਰ੍ਹਾਂ ਦੀ ਬਣੀ ਸੀ ਕਿ ਕੋਈ ਰਲਾਈ ਝਗੜਾ ਹੋ ਰਿਹਾ ਸੀ ਜਾਂ ਤੁਸੀਂ ਆਪਦੇ ਸੇਵਾ ਕਰ ਰਹੇ ਸੀ। ਅਸੀਂ ਸੇਵਾ ਕਰ ਰਹੇ ਸੀ। ਕੋਈ ਤੰਦਰੁਸਤ ਹੋ ਕੇ ਦੁਬਾਰਾ ਜਾਓਗੇ ਮੋਰਚੇ 'ਚ। ਹਾਂਜੀ। ਠੀਕ ਹੈ ਖਨਾਰੀ ਬਾਰਡਰ ਤੇ ਜ਼ਖਮੀ ਹੋਏ ਪ੍ਰੀਤਪਾਲ ਸਿੰਘ ਦੇ ਮਾਮਲੇ ਦੇ ਵਿੱਚ ਕੱਲ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਸੁਣਵਾਈ ਵੀ ਹੋਈ। ਨੌਜਵਾਨ ਕਿਸਾਨ ਪ੍ਰੀਤਪਾਲ ਸਿੰਘ ਦੀ ਹਰਿਆਣਾ ਪੁਲਿਸ ਦੇ ਵੱਲੋਂ ਗੈਰ ਕਾਨੂੰਨੀ ਗ੍ਰਿਫਤਾਰੀ, ਮਿੱਥੇ ਸਮੇਂ 'ਚ ਮੈਜਿਸਟ੍ਰੇਟ ਸਾਹਮਣੇ ਪੇਸ਼ ਨਾ ਕਰਨ ਤੇ ਉਚਿਤ ਇਲਾਜ ਮੁਹैया ਨਾ ਕਰਵਾਉਣ ਦੇ ਦੋਸ਼ਾਂ ਵਾਲੀ ਪਟੀਸ਼ਨ ਤੇ ਚੰਡੀਗੜ੍ਹ ਦੇ ਸੀਜੀਐਮ ਨੇ ਪ੍ਰੀਤਪਾਲ ਸਿੰਘ ਦੇ ਦਰਜ ਕੀਤੇ ਬਿਆਨ ਹਾਈ ਕੋਰਟ ਵਿੱਚ ਪੇਸ਼ ਕੀਤੇ ਸੀਐਮ ਨੂੰ ਦਿੱਤੇ ਬਿਆਨਾਂ ਦੇ ਵਿੱਚ ਪ੍ਰੀਤਪਾਲ ਸਿੰਘ ਨੇ ਕਿਹਾ ਕਿ ਉਸਨੂੰ ਪਹਿਲਾਂ ਹਰਿਆਣਾ ਪੁਲਿਸ ਨੇ ਪੰਜਾਬ ਦੇ ਵਿੱਚ ਕੁੱਟਿਆ ਫਿਰ ਉਸਨੂੰ ਜ਼ਬਰਦਸਤੀ ਹਰਿਆਣਾ ਲਜਾਇਆ ਗਿਆ ਉੱਥੇ ਵੀ ਬੇਰਹਿਮੀ ਦੇ ਨਾਲ ਉਸ ਦੀ ਕੁੱਟਮਾਰ ਕੀਤੀ ਗਈ ਇਸ ਮੌਕੇ ਹਰਿਆਣਾ ਪੁਲਿਸ ਨੇ ਵੀ ਅਦਾਲਤ ਨੂੰ ਦੱਸਿਆ ਕਿ ਉਸ ਦਿਨ ਹਰਿਆਣਾ ਪੁਲਿਸ ਦੇ ਵੀ 15 ਮੁਲਾਜ਼ਮ ਜ਼ਖਮੀ ਹੋਏ ਸਨ ਤੇ 8 ਪੁਲਿਸ ਮੁਲਾਜ਼ਮਾਂ ਨੇ ਪ੍ਰੀਤਪਾਲ ਸਿੰਘ ਦੇ ਖਿਲਾਫ ਬਿਆਨ ਦਿੱਤੇ ਸੀ ਪੁਲਿਸ ਨੇ ਇੱਥੋਂ ਤੱਕ ਕਿਹਾ ਕਿ ਪ੍ਰਦਰਸ਼ਨਕਾਰੀਆਂ ਨੂੰ ਢਕਾਉਣ ਦੇ ਵਿੱਚ ਪ੍ਰੀਤਪਾਲ ਸਿੰਘ ਦਾ ਹੱਥ ਸੀ ਉਸ ਦੀ ਭੂਮਿਕਾ ਦੇ ਵੀ ਕਹਿੰਦੇ ਅਸੀਂ ਜਾਂਚ ਕਰ ਰਹੇ ਹਾਂ ਪ੍ਰੀਤਪਾਲ ਸਿੰਘ ਦੇ ਪਿਤਾ ਦੇ ਵਕੀਲ ਨੇ ਹਾਈ ਕੋਰਟ ਨੂੰ ਦੱਸਿਆ ਕਿ ਉਹਨਾਂ ਵੱਲੋਂ ਸਾਰੇ ਮਾਮਲੇ ਨੂੰ ਲੈ ਕੇ ਪੰਜਾਬ ਦੇ ਡੀਜੀਪੀ ਨੂੰ ਵੀ ਸ਼ਿਕਾਇਤ ਕੀਤੀ ਗਈ ਸੀ ਜਿਸ ਤੇ ਪੰਜਾਬ ਸਰਕਾਰ ਨੇ ਹਾਲੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਹਾਈ ਕੋਰਟ ਨੇ ਸਾਰੀਆਂ ਧਿਰਾਂ ਨੂੰ ਸੁਣਨ ਤੋਂ ਬਾਅਦ ਪੀਤਪਾਲ ਸਿੰਘ ਦੇ ਬਿਆਨ ਤੇ ਪੰਜਾਬ ਸਰਕਾਰ ਨੂੰ ਕਾਰਵਾਈ ਕਰਨ ਤੇ ਜਵਾਬ ਦਾਖਲ ਕਰਨ ਦੇ ਹੁਕਮ ਦਿੱਤੇ ਨੇ। ਅਦਾਲਤ ਨੇ ਮਾਮਲੇ ਦੀ ਸੁਣਵਾਈ 2 ਅਪ੍ਰੈਲ ਤੱਕ ਮੁਲਤਵੀ ਕਰ ਦਿੱਤੀ ਹੈ। ਅਸਾਮ ਦੀ ਡਿਬਰੂਗੜ ਜੇਲ੍ਹ ਦੇ ਵਿੱਚ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਲੀਡਰ ਅਮਰਿਤਪਾਲ ਸਿੰਘ ਸਮੇਤ ਬਾਕੀ ਸਾਰੇ ਸਿੱਖ ਕੈਦੀਆਂ ਦੀ ਹਾਲਤ ਲਗਾਤਾਰ ਖਰਾਬ ਹੋ ਰਹੀ ਹੈ। ਮਾ ਬਲਵਿੰਦਰ ਕੌਰ ਨੇ ਜੇਲ੍ਹ ਪ੍ਰਸ਼ਾਸਨ ਦੇ ਵੱਲੋਂ ਨੌਜਵਾਨਾਂ ਨੂੰ ਆਪਣੇ ਪਰਿਵਾਰਾਂ ਨਾਲ ਫੋਨ ਤੇ ਵੀ ਗੱਲਬਾਤ ਨਾ ਕਰਨ ਦੇਣ ਦੀ ਨਿੰਦਾ ਕਰਦਿਆਂ ਅੰਮ੍ਰਿਤਸਰ ਜ਼ਿਲ੍ਹਾ ਪ੍ਰਸ਼ਾਸਨ ਨੂੰ ਵੀ ਤਾੜਨਾ ਕੀਤੀ ਹੈ ਕਿ ਜੇ ਉਹਨਾਂ ਦੀ ਆਪਣੇ ਬੱਚਿਆਂ ਨਾਲ ਗੱਲਬਾਤ ਕਰਨ ਦੇ ਲਈ ਫੋਨ ਸੇਵਾਵਾਂ ਬਹਾਲ ਨਾ ਕੀਤੀਆਂ ਤਾਂ ਕੱਲ ਨੂੰ 17 ਮਾਰਚ ਦੇ ਵੱਡੇ ਪੰਥਕ ਸੰਮੇਲਨ ਤੇ ਰੋਸ ਪ੍ਰਦਰਸ਼ਨ ਤੋਂ ਬਾਅਦ ਡੀਸੀ ਦਫ਼ਤਰ ਦਾ ਘਿਰਾਓ ਕੀਤਾ ਜਾਵੇਗਾ। ਅਮਰਿਤਪਾਲ ਦੇ ਮਾਤਾ ਬਲਵਿੰਦਰ ਕੌਰ ਨੇ ਨਾਮ ਲੈ ਕੇ ਅੰਮ੍ਰਿਤਸਰ ਦੇ ਡੀਸੀ ਨੂੰ ਚੇਤਾਵਨੀ ਦਿੱਤੀ। ਬਲਵਿੰਦਰ ਕੌਰ ਨੇ ਦੱਸਿਆ ਕਿ ਅਮਰਿਤਪਾਲ ਸਿੰਘ ਦੀ ਸਿੰਘਣੀ ਨੇ ਬੁੱਧਵਾਰ ਨੂੰ ਜੇਲ੍ਹ ਦੇ ਵਿੱਚ ਜਦੋਂ ਆਪਣੇ ਪਤੀ ਅਮਰਿਤਪਾਲ ਨਾਲ ਮੁਲਾਕਾਤ ਕੀਤੀ ਤਾ ਮੁਲਾਕਾਤ ਦੇ ਦਰਮਿਆਨ ਹੀ ਅਮਰਿਤਪਾਲ ਨੂੰ ਖੂਨ ਦੀ ਉਲਟੀ ਆ ਗਈ ਸੀ ਅਜਿਹੇ ਨਾਜ਼ੁਕ ਹਾਲਾਤਾਂ ਦੇ ਵਿੱਚ ਕਹਿੰਦੇ ਜੇਲ੍ਹ ਪ੍ਰਸ਼ਾਸਨ ਨੇ ਮੁਲਾਕਾਤ ਦੇ ਦਰਮਿਆਨ ਹੋਰ ਪਰਿਵਾਰਕ ਮੈਂਬਰਾਂ ਨਾਲ ਫੋਨ ਤੇ ਗੱਲਬਾਤ ਕਰਵਾਉਣ ਤੇ ਵੀ ਪਾਬੰਦੀ ਲਾ ਦਿੱਤੀ ਹੈ ਜੇਲ੍ਹ ਦੇ ਵਿੱਚ ਫੋਨ ਕਾਲਾਂ ਬੰਦ ਕਰ ਦਿੱਤੀਆਂ ਨੇ ਤੇ 10 ਦਿਨ ਬੀਤ ਚੁੱਕੇ ਨੇ ਇਸ ਪਾਬੰਦੀ ਲਾਏ ਹੋਏ ਨੂੰ ਸਾਨੂੰ ਆਪਣੇ ਬੱਚਿਆਂ ਦੀ ਹਾਲਤ ਤਾਂ ਕਹਿੰਦੇ ਪਤਾ ਨਹੀਂ ਲੱਗ ਰਹਾ ਅਜਿਹੇ ਵਿੱਚ ਜੇ ਕੁਝ ਵੀ ਹੁੰਦਾ ਹੈ ਜੇਲ੍ਹ ਪ੍ਰਸ਼ਾਸਨ ਤੇ ਅਮਰitsar ਦੇ ਡੀਸੀ ਜ਼ਿੰਮੇਦਾਰ ਹੋਣਗੇ ਉਹਨਾਂ ਦੀ ਬੁੱਧਵਾਰ ਮਤਲਬ ਸਿੰਘਣੀ ਮੁਲਾਕਾਤ ਕਰਨ ਗਈ ਸੀ ਤੇ ਉਸ ਦਿਨ ਉਹਨਾਂ ਦੇ ਸਾਹਮਣੇ ਉਹਨਾਂ ਨੂੰ ਖੂਨ ਦੀ ਉਲਟੀ ਆਈ ਤੇ ਫਿਰ ਅਗਲੇ ਦਿਨ ਵੀ ਆਈ ਤੇ ਇਹਨਾਂ ਨੇ 10 ਦਿਨ ਤੋਂ ਫੋਨ ਬੰਦ ਕਰਾਏ ਸਾਡੇ ਕੱਲ ਉਹਨੇ ਪੰਜ ਚਾਰ ਈਮੇਲ ਵੀ ਕੀਤੀਆਂ ਤੇ ਈਮੇਲ ਦਾ ਵੀ ਇਹਨਾਂ ਨੇ ਜਵਾਬ ਨਹੀਂ ਦਿੱਤਾ ਹੁਣ ਸਾਨੂੰ ਨਹੀਂ ਪਤਾ ਕਿ ਉਹਨਾਂ ਦੀ ਹਾਲਤ ਕਿਦਾਂ ਦੀ ਆ ਏ ਡੀਸੀ ਨੂੰ ਵੀ ਤੇ ਮੇਰੀ ਐਸਐਸਪੀ ਸਤਿੰਦਰ ਸਿੰਘ ਨੂੰ ਮੇਰੀ ਤਾੜਨਾ ਵੀ ਤੁਰੰਤ ਫੋਨ ਚਾਲੂ ਕਰਾਏ ਜਾਣ ਇਹ ਪਤਾ ਨਹੀਂ ਹੁਣ ਕਿਹੜੀ ਚਾਲ ਤੇ ਆ ਗਈ ਅੰਦਰ ਕੀ ਕਰਨਾ ਉਹਨਾਂ ਚਾਹੁੰਦੇ ਬਾਈ ਚਾਂਸ ਕਿ ਸਿੰਘ ਦਾ ਨੁਕਸਾਨ ਹੁੰਦਾ ਤੇ ਇੱਕੋ ਦੋਵੇਂ ਜ਼ਿੰਮੇਵਾਰ ਹੋਣਗੇ ਪਰਿਵਾਰ ਵਾਲੋਂ ਨਹੀਂ ਅਕਾਲ ਤਖਤ ਵਾਲੋਂ ਮਤਲਬ ਪ੍ਰੋਗਰਾਮ ਲੀਕਿਆ ਗਿਆ 17 ਤਰੀਕ ਨੂੰ ਉਹਦੇ ਚ ਮੇਰੀ ਅਪੀਲ ਆ ਵੀ ਸਭ ਸੰਗਤਾਂ ਸਭ ਜਥੇਬੰਦੀਆਂ ਤੇ ਜਿੰਨੇ ਵੀ ਮਤਲਬ ਦਲ ਪੰਥ ਵਾਲੇ ਆ ਤਰਨਾ ਦਲ ਵਾਲੇ ਆ ਸਾਬੇ ਬੁੱਢੇ ਬਿਧੀ ਚੰਦੀਏ ਸਾਰਿਆਂ ਨੂੰ ਮੇਰੀ ਅਪੀਲ ਆ ਵੀ ਵੱਧ ਚੜ ਕੇ ਇਥੇ ਹਿੱਸਾ ਲੈਣ ਜਿਹੜਾ ਜਿਹੜਾ ਕਾਠ ਬਹੁਤ ਵੱਡੇ ਪੱਧਰ ਤੇ ਹੋਵੇ ਉਹਦੇ ਐਸਜੀਪੀਸੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਵੀ ਕਿਹਾ ਕਿ ਪੰਜਾਬ ਸਰਕਾਰ ਸਿੱਖ ਮਸਲਿਆਂ ਪ੍ਰਤੀ ਗੰਭੀਰ ਹੋਵੇ ਜੇ ਕਹਿੰਦੇ ਕੁਝ ਹੋਰ ਨਹੀਂ ਸਰਕਾਰ ਕਰ ਸਕਦੀ ਤਾਂ ਘੱਟੋ ਘਾਟ ਅਮਰਿਤਪਾਲ ਸਿੰਘ ਸਮੇਤ ਦੂਜੇ ਸੂਬਿਆਂ ਦੇ ਜ਼ਿਲ੍ਹੇ ਚ ਬੰਦ ਬੰਦੀ ਸਿੱਖਾਂ ਨੂੰ ਪੰਜਾਬ ਦੀਆਂ ਜੇਲਾਂ ਦੇ ਵਿੱਚ ਹੀ ਤਬਦੀਲ ਕਰਵਾ ਦੇਵੇ ਐਡਵੋਕੇਟ ਤਾਮੀਕਲ ਤਖਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਪਹੁੰਚੇ ਹੋਏ ਸਨ ਇਸ ਮੌਕੇ ਉਹਨਾਂ ਕਿਹਾ ਕਿ ਬੰਦੀ ਸਿੰਘਾਂ ਦੇ ਮਸਲੇ ਸੁਲਝਾਉਣ ਦੇ ਲਈ ਐਸਜੀਪੀਸੀ ਬੰਦੀ ਸਿੰਘਾਂ ਦੇ ਪਰਿਵਾਰਾਂ ਨੂੰ ਹਰ ਬੰਦਾ ਸਹਿਯੋਗ ਦੇਵੇਗੀ ਕੇਂਦਰੀ ਕੈਬਨਿਟ ਮੰਤਰੀ ਪਿਊਸ਼ ਗੋਇਲ ਨੇ ਕਿਹਾ ਕਿ ਪੰਜਾਬ ਸਰਕਾਰ ਗਰੀਬ ਪਰਿਵਾਰਾਂ ਨੂੰ ਵੰਡਣ ਲਈ ਕੇਂਦਰ ਵੱਲੋਂ ਸਪਲਾਈ ਕੀਤੀ ਜਾ ਰਹੀ ਕਣਕ ਨੂੰ ਨਿੱਜੀ ਮਿੱਲਾਂ ਵੱਲ ਭੇਜ ਰਹੀ ਹੈ ਗੋਇਲ ਨੇ ਇਹ ਵੀ ਕਿਹਾ ਕਿ ਅਸੀਂ ਪੰਜਾਬ ਸਰਕਾਰ ਨੂੰ ਕਣਕ ਦੇ ਰਹੇ ਹਾਂ ਤੇ ਸਰਕਾਰ ਇਸ ਕਣਕ ਨੂੰ ਸਥਾਨਕ ਰਾਸ਼ਨ ਡੱਪੂਆਂ ਰਾਹੀਂ ਵੰਡਣ ਦੀ ਬਜਾਏ ਨਿੱਜੀ ਮਿੱਲਾਂ ਵਿੱਚ ਭੇਜ ਰਹੀ ਹੈ ਤੇ ਆਟਾ ਬਣਾ ਰਹੀ ਹੈ ਉਹਨਾਂ ਨੇ ਕਿਹਾ ਕਿ ਸਾਨੂੰ ਇਹ ਵੀ ਰਿਪੋਰਟਾਂ ਮਿਲੀਆਂ ਨੇ ਕਿ ਇਹਦੇ ਵਿੱਚ ਮਿਲਾਵਟ ਵੀ ਹੋ ਰਹੀ ਹੈ ਵਧੀਆ ਕੁਆਲਿਟੀ ਵਾਲੀ ਸਰਕਾਰੀ ਕਣਕ ਦੇ ਵਿੱਚ ਘਟੀਆ ਕੁਆਲਿਟੀ ਦੀ ਕਣਕ ਮਿਲਾਈ ਜਾ ਰਹੀ ਹੈ ਅੱਗੇ ਇਹ ਵੀ ਮੰਤਰੀ ਨੇ ਕਿਹਾ ਕਿ ਖਪਤਕਾਰਾਂ ਨੂੰ ਆਟਾ ਦੇ ਕੇ ਸੇਵਾ ਦੇਣ ਦੀ ਆੜ ਵਿੱਚ ਪੰਜਾਬ ਸਰਕਾਰ ਪੰਜਾਬ ਦੇ ਲੋਕਾਂ ਨੂੰ ਅਨਾਜ ਮੁਹੱਈਆ ਨਹੀਂ ਕਰਵਾ ਰਹੀ ਗੋਇਲ ਨੇ ਕਿਹਾ ਕਿ ਪੰਜਾਬ ਸਰਕਾਰ ਨੂੰ ਜਨਤਕ ਵੰਡ ਪ੍ਰਣਾਲੀ ਰਾਹੀਂ ਕਣਕ ਦੀ ਵੰਡ ਕਰਨੀ ਚਾਹੀਦੀ ਹੈ ਤਾਂ ਜੋ ਗਰੀਬ ਲੋਕ ਸਸਤੇ ਭਾਅ ਤੇ ਅਨਾਜ ਖਰੀਦ ਸਕਣ ਉਹਨਾਂ ਸਪੱਸ਼ਟ ਕੀਤਾ ਕਿ ਰਾਸ਼ਨ ਦੀਪਾਂ ਨੂੰ ਅਨਾਜ ਦੇਣ ਵਕਤ ਖਰੀਦਦਾਰ ਦੇ ਬਾਇਓਮੈਟ੍ਰਿਕਸ ਲੈਣ ਦੇ ਆਧਾਰ ਵੇਰਵਿਆਂ ਨਾਲ ਮੇਲ ਕਰਨ ਦੀ ਲੋੜ ਹੁੰਦੀ ਹੈ ਕੰਨੇ ਮੈਂ ਪੰਜਾਬ ਸਰਕਾਰ ਨੂੰ ਲਗਾਤਾਰ ਚਿੱਠੀਆਂ ਲਿਖ ਰਿਹਾ ਤੇ ਮੈਨੂੰ ਉਮੀਦ ਹੈ ਕਿ ਪੰਜਾਬ ਸਰਕਾਰ ਇਸ ਪ੍ਰਥਾ ਨੂੰ ਬੰਦ ਕਰੇਗੀ ਤੇ ਗੁਰੇਜ਼ ਕਰੇਗੀ ਜਲੰਧਰ ਦੇ ਆਦਮਪੁਰ ਸਿਵਲ ਹਵਾਈ ਅੱਡੇ ਦੇ ਟਰਮੀਨਲ ਦਾ ਵਰਚੂਅਲੀ ਉਦਘਾਟਨ 10 ਮਾਰਚ ਨੂੰ ਪ੍ਰਧਾਨ ਮੰਤਰੀ ਮੋਦੀ ਦੇ ਵੱਲੋਂ ਕੀਤਾ ਗਿਆ ਸੀ ਤੇ ਹੁਣ ਪਹਿਲੀ ਉਡਾਣ ਇਸ ਹਵਾਈ ਅੱਡੇ ਤੋਂ 31 ਮਾਰਚ ਨੂੰ ਉੱਡੇਗੀ ਆਦਮਪੁਰ ਤੋਂ 31 ਮਾਰਚ ਨੂੰ 12:50 ਤੇ ਸਟਾਰ 에ਅਰ ਕੰਪਨੀ ਦਾ ਜਹਾਜ਼ ਹਿੰਡਨ ਲਈ ਉਡਾਣ ਭਰੇਗਾ ਸਟਾਰ 에ਅਰ ਕੰਪਨੀ ਦੇ ਵੱਲੋਂ ਆਦਮਪੁਰ ਸਿਵਲ ਹਵਾਈ ਅੱਡੇ ਤੋਂ ਰੋਜ਼ਾਨਾ ਉਡਾਣਾਂ ਉੱਡਣਗੀਆਂ ਪਹਿਲੀ ਉਡਾਣ ਬੈਂਗਲੁਰੂ ਤੋਂ 7:30 ਤੇ ਚੱਲ ਕੇ 8:35 ਤੇ ਨਾਂਦੇੜ ਪਹੁੰਚੇਗੀ ਤੇ ਨਾਂਦੇੜ ਤੋਂ 9:00 ਚੱਲ ਕੇ 11:00 ਦਿੱਲੀ ਹਿੰਡਨ ਪਹੁੰਚੇਗੀ ਦਿੱਲੀ ਤੋਂ ਫਿਰ 11:25 ਤੇ ਫਿਰ ਉਡਾਣ ਭਰੇਗੀ 12:25 ਤੇ ਵਾਪਸ ਜਲੰਧਰ ਦੇ ਆਦਮਪੁਰ ਸਿਵਲ ਹਵਾਈ ਅੱਡੇ ਤੇ ਪਹੁੰਚੇਗੀ ਪੰਜਾਬ ਦੀਆਂ ਵੱਡੀਆਂ ਖਬਰਾਂ ਦੇ ਇਸ ਖਾਸ ਬੁਲੇਟਨ ਦੇ ਵਿੱਚ ਕੁਝ ਹੋਰ ਖਬਰਾਂ ਵਿਸਤਾਰ ਦੇ ਨਾਲ ਹੁਣ ਗੱਲ ਕਰਾਂਗੇ ਪੰਜਾਬ ਦੀਆਂ ਸਿਆਸੀ ਤਿਤਲੀਆਂ ਦੀ ਵਿਧਾਨ ਸਭਾ ਦੇ ਬਜਟ اجلاس ਦੌਰਾਨ ਸੁਪਾਲ ਸਿੰਘ ਖੈਰਾ ਦੇ ਵਾਰੀ-ਵਾਰੀ ਪਾਰਟੀਆਂ ਬਦਲਣ ਦੇ ਬਦਲਣ ਦੇ ਉੱਤੇ ਤੰਗ ਕੱਸਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਦਲ ਬਦਲੂਆਂ ਨੂੰ ਤਿਤਲੀਆਂ ਕਹਿ ਕੇ ਤਾਨਾ ਮਾਰਿਆ ਸੀ ਪਰ ਹੁਣ ਇਹ ਤਿਤਲੀਆਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਬਹੁਤ ਚੰਗੀਆਂ ਲੱਗ ਰਹੀਆਂ ਨੇ ਇੱਕ ਹਫਤੇ ਦੇ ਅੰਦਰ ਅੰਦਰ ਕਾਂਗਰਸ ਦੀ ਦੂਸਰੀ ਤਿਤਲੀ ਮੁੱਖ ਮੰਤਰੀ ਭਗਵੰਤ ਮਾਨ ਦੇ ਫੁੱਲ ਤੇ ਜਾ ਕੇ ਬਹਿ ਗਈ ਹੈ ਇਹਨਾਂ ਦੋਵਾਂ ਨੂੰ ਸੀਐਮ ਭਗਵੰਤ ਮਾਨ ਨੇ ਆਪ ਸ਼ਾਮਲ ਕਰਵਾਇਆ ਗੁਰਪ੍ਰੀਤ ਸਿੰਘ ਜੀਪੀ ਤੋਂ ਬਾਅਦ ਹੁਣ ਚੱਬੇਵਾਲ ਤੋਂ ਕਾਂਗਰਸ ਦੇ ਮੌਜੂਦਾ ਵਿਧਾਇਕ ਰਾਜਕੁਮਾਰ ਨੇ ਵੀ ਹੱਥ ਵਿੱਚ ਝਾੜੂ ਫੜ ਲਿਆ ਹੈ ਇਹ ਵੱਡੀ ਸਿਆਸੀ ਦਲਬਦਲੀ ਹੈ ਮੰਨਿਆ ਜਾ ਰਿਹਾ ਹੈ ਕਿ ਉਹਨਾਂ ਨੂੰ ਪਾਰਟੀ ਹੁਸ਼ਿਆਰਪੁਰ ਤੋਂ ਟਿਕਟ ਵੀ ਦੇ ਸਕਦੀ ਹੈ ਪਰ ਹੈਰਾਨੀ ਵਾਲੀ ਗੱਲ ਇਹ ਹੈ ਕਿ ਚੱਬੇਵਾਲ ਠੀਕ 10 ਦਿਨ ਪਹਿਲਾਂ ਆਪਣੇ ਸਿਰ ਤੇ ਕਰਜ਼ੇ ਦੀ ਪੰਡ ਚੁੱਕ ਕੇ ਵਿਧਾਨ ਸਭਾ ਬਜਟ ਇਜਲਾਸ ਦੇ ਵਿੱਚ ਦਾਖਲ ਹੋ ਕੇ ਆਮ ਆਦਮੀ ਪਾਰਟੀ ਤੇ ਗੰਭੀਰ ਇਲਜ਼ਾਮ ਲਾ ਰਹੇ ਸੀ ਜਦੋਂ ਇਹੋ ਜਿਹਾ ਕੁਝ ਆਪਾਂ ਦੇਖਦੇ ਆ ਤਾਂ ਸੱਚਮੁੱਚ ਸਿਆਸਤ ਦੇ ਵਿੱਚ ਕੁਝ ਵੀ ਹੋ ਸਕਦਾ ਹੈ ਕੁਝ ਵੀ ਜਾਇਜ਼ ਹੈ ਕਿਸੇ ਦਾ دین ਈਮਾਨ ਨਹੀਂ ਕਿਸੇ ਦਾ ਕੋਈ ਸਟੈਂਡ ਨਹੀਂ ਇਨਸਾਨ ਦੇ ਦਿਲ ਵਿੱਚੋਂ ਇਹੀ ਗੱਲਾਂ ਨਿਕਲਦੀਆਂ ਨੇ ਇਹੀ ਕੁਝ ਸਾਹਮਣੇ ਦਿਖਾਈ ਦਿੰਦਾ ਸਿਰਫ ਐਨਾ ਹੀ ਨਹੀਂ ਚੱਬੇਵਾਲ ਸੰਗਲ ਪਾ ਕੇ ਪੰਜਾਬ ਵਿਧਾਨ ਸਭਾ ਚ ਆਏ ਸੀ ਕਾਨੂੰਨੀ ਹਾਲਾਤਾਂ ਨੂੰ ਲੈ ਕੇ ਸਰਕਾਰ ਨੂੰ ਘੇਰਿਆ ਸੀ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਤੋਂ ਬਾਅਦ ਹੁਣ ਰਾਜਕੁਮਾਰ ਚੱਬੇਵਾਲ ਨੇ ਜਿਹੜਾ ਜਵਾਬ ਦਿੱਤਾ ਉਹ ਸੱਚਮੁੱਚ ਹੈਰਾਨ ਕਰਨ ਵਾਲਾ ਹੈ ਸ਼ਾਮਲ ਹੋਣ ਦਾ ਬਹੁਤ ਵੱਡਾ ਕਾਰਨ ਹੈ ਕਿ ਅੱਜ ਇਹ ਪਾਰਟੀ ਜਿਹੜੀ ਹੈ ਭਾਰਤ ਰਤਨ ਬਾਬਾ ਸਾਹਿਬ ਭੀਮਰਾਓਂ ਬੀਟਕਰਜੀ ਤੇ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਜੀ ਉਹਨਾਂ ਦੀ ਸੋਚ ਤੇ ਅੱਜ ਇਹ ਪਾਰਟੀ ਜਿਹੜੀ ਅੱਜ ਇਹ ਸਰਕਾਰ ਹੈ ਉਹ ਪੈਰਾ ਦੇ ਰਹੀ ਹੈ ਸੁराज ਕੁਮਾਰ ਚੱਬੇਵਾਲ ਨੂੰ ਤੁਸੀਂ ਸੁਣ ਲਿਆ ਤੇ ਪਾਰਟੀ ਵਿੱਚ ਜਿਹੜੇ ਸ਼ਾਮਿਲ ਹੋਏ ਨੇ ਤਾਂ ਹੁਣ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਤੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਥੇਰ ਨੇ ਵੀ ਉਹਨਾਂ ਦੀਆਂ ਤਾਰੀਫਾਂ ਦੇ ਪੁਲ ਬੰਨ ਦਿੱਤੇ ਬੇਬਾਕ ਲੀਡਰ ਦੱਸਿਆ ਮੀਥੇਰ ਨੇਤਾ ਪੰਡਤ ਚੁੱਕਣ ਤੇ ਚੱਬੇਵਾਲ ਦਾ ਬਚਾਅ ਵੀ ਕੀਤਾ ਯਾਨੀ ਕਿ ਉਸ ਦਿਨ ਜਿਹੜੀ ਗੱਲ ਗਲਤ ਸੀ ਅੱਜ ਉਹ ਕਿਸੇ ਨਾ ਕਿਸੇ ਪੱਖੋਂ ਸਹੀ ਠਹਿرائی ਗਈ ਪੰਜਾਬ ਦੇ ਅੰਦਰ ਵੱਡੇ ਪੱਧਰ ਤੇ ਰੋਜ਼ਗਾਰ ਦਾ ਆਉਣਾ ਪੰਜਾਬ ਦੇ ਅੰਦਰ ਮਾਫੀਆ ਰਾਜ ਦਾ ਖਾਤਮਾ ਇਹ ਸਾਰੀਆਂ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਅੱਜ ਡਾਕਟਰ ਰਾਜਕਮਰ ਚੱਬੇਵਾਲ ਜੀ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਰਹੇ ਨੇ ਕਿ ਹਮੇਸ਼ਾ ਭਾਵੇਂ ਸਰਕਾਰ 'ਚ ਸੀ ਤੇ ਭਾਵੇਂ ਹੁਣ ਪਿਛਲੇ 2 ਸਾਲ ਚ ਆਪੋਜੀਸ਼ਨ ਚ ਹਮੇਸ਼ਾ ਤੱਥਾਂ ਦੇ ਆਧਾਰ ਤੇ ਲੌਜੀਕਲ ਜਿਹੜੀ ਐ ਉਹ ਗੱਲ ਕਰਦੇ ਆ ਤੇ ਆਪਣੇ ਹਲਕੇ ਦੇ ਵਿੱਚ ਆਧਾਰ ਰੱਖਣ ਵਾਲੇ ਜਿਹੜੇ ਲੀਡਰ ਨੇ ਤੇ ਲੋਕ ਸਭਾ ਦੀ ਇਲੈਕਸ਼ਨ ਵੀ ਲੜੇ ਆ ਸੋ ਇਹਨਾਂ ਦੇ ਆਉਣ ਨਾਲ ਕੱਲਾ ਚੱਬੇਵਾਲ ਨਹੀਂ ਕੱਲਾ ਹੁਸ਼ਿਆਰਪੁਰ ਨਹੀਂ ਪੂਰੇ ਦਬਾਬੇ ਤੇ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਬਹੁਤ ਵੱਡਾ ਜਿਹੜਾ ਬਾਲਾ ਉਹ ਮਿਲੂਗਾ 2019 ਦੇ ਵਿੱਚ ਰਾਜਕੁਮਾਰ ਚੱਬੇਵਾਲ ਨੇ ਕਾਂਗਰਸ ਦੀ ਟਿਕਟ 'ਤੇ ਲੋਕ ਸਭਾ ਚੋਣ ਲੜੀ ਸੀ ਪਰ ਭਾਜਪਾ ਦੇ ਉਮੀਦਵਾਰ ਸੋਮ ਪ੍ਰਕਾਸ਼ ਤੋਂ ਹਾਰ ਗਏ ਸੀ ਪੰਜਾਬ ਦੇ ਵਿੱਚ 4 ਰਿਜ਼ਰਵ ਸੀਟਾਂ ਦੇ ਵਿੱਚ 3 ਤੇ ਕਾਂਗਰਸ ਦੇ ਸਾਬਕਾ ਉਮੀਦਵਾਰਾਂ ਨੂੰ ਆਮ ਆਦਮੀ ਪਾਰਟੀ ਨੇ ਟਿਕਟ ਦਿੱਤੀ ਉਧਰ ਚੱਬੇਵਾਲ ਦੇ ਆਪ ਦੇ ਵਿੱਚ ਸ਼ਾਮਿਲ ਹੋਣ ਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਮੁੱਖ ਮੰਤਰੀ ਮਾਨ ਦਾ ਇੱਕ ਵੀਡੀਓ ਜਾਰੀ ਕਰਦੇ ਹੋਏ ਲਿਖਿਆ ਸਹੀ ਕਿਹਾ ਪਾਰਟੀਆਂ ਬਦਲਣ ਵਾਲੀਆਂ ਤਿਤਲੀਆਂ ਨੇ ਪੰਜਾਬ ਦਾ ਕੁਝ ਨਹੀਂ ਸਵਾਰਨਾ ਪੰਜਾਬੀ ਇਸ ਗੱਲ ਦੀ ਗਵਾਹੀ ਭਰਨਗੇ 2024 ਵਿੱਚ ਫੇਰ ਤੁਸੀਂ ਸੰਗਤ ਲੈ ਕੇ ਜਾ ਰਹੇ ਹੋ ਭਗਵੰਤ ਸਿੰਘ ਮਾਨ ਹਰਾਸ ਸੀ ਅੱਜ ਗੜਾ ਥੱਲੇ ਕਰਕੇ ਉਸੇ ਮਾਨ ਸਾਹਿਬ ਤੋਂ ਤੁਸੀਂ ਪਟਕਾ ਪਵਾ ਰਹੇ ਹੋ ਮੈਂ ਸਮਝਣਾ ਕਿ ਕਹਿਣਾ ਨਹੀਂ ਚਾਹੀਦਾ ਮਾਫੀ ਚਾਉਣਾ ਕਿ ਲੋਕਾਂ ਨੇ ਸ਼ਰਮ ਸ਼ਰੂਮ ਤਾਂ ਬਿਲਕੁਲ ਆ ਹੀ ਦਿੱਤੀ ਹੈ ਕਿਵੇਂ ਫੇਸ ਕਰੋਗੇ ਕੋਈ ਵਿਅਕਤੀ ਅਗਰ ਕੱਲ ਨੂੰ ਮੇਰੇ ਨਾਲ ਗੱਲ ਕੀਤੀ ਚੰਬੇਵਾਨ ਸਾਹਿਬ ਦੀ ਤੁਸੀਂ ਫੇਸ ਕਿਵੇਂ ਕਰੋਗੇ ਜਨਤਾ ਨੂੰ ਮੈਂ ਜਨਤਾ ਵਿੱਚ ਹੀ ਜਾਵਾਂਗਾ ਲੋਕ ਕਹਿਣਗੇ ਯਾਰ ਦੇ ਬੇਬੇ ਮੌਕਾ ਵੇਖ ਕੇ ਕਾਂਗਰਸੀ ਲੀਡਰ ਸੁਖਪਾਲ ਖੈਰਾ ਨੇ ਵੀ ਆਪਣੀ ਤਿਤਲੀ ਵਾਲੇ ਤੰਜ ਦਾ ਹਿਸਾਬ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਬਰਾਬਰ ਕਰ ਲਿਆ ਪਹਿਲੇ ਟਵੀਟ ਦੇ ਵਿੱਚ ਉਹਨਾਂ ਨੇ ਸੀਐਮ ਮਾਨ ਦਾ ਸਿਆਸੀ ਤਿਤਲੀਆਂ ਵਾਲਾ ਵੀਡੀਓ ਜਾਰੀ ਕਰਕੇ ਲਿਖਿਆ ਤਾਜ਼ਾ ਤਿਤਲੀ ਫਿਰ ਇੱਕ ਹੋਰ ਟਵੀਟ ਜਾਰੀ ਕਰਕੇ ਲਿਖਿਆ ਤਿੰਨ ਦਿਨ ਪਹਿਲਾਂ ਤਿਤਲੀ ਪੰਜਾਬ ਸਰਕਾਰ ਦੇ 70000 ਕਰੋੜ ਦੇ ਕਰਜ਼ੇ ਨੂੰ ਲੈ ਕੇ ਰੌਲਾ ਪਾ ਰਹੀ ਸੀ ਆਪਣੇ ਵਿਧਾਇਕ ਦੇ ਖਿਲਾਫ ਮੁੱਖ ਮੰਤਰੀ ਵੱਲੋਂ ਵਰਤੀ ਜਾ ਰਹੀ ਭਾਸ਼ਾ ਦਾ ਵਿਰੋਧ ਕਰ ਰਹੀ ਸੀ ਤੇ ਅੱਜ ਉਸੇ ਪਾਰਟੀ ਦੇ ਵਿੱਚ ਸ਼ਾਮਿਲ ਹੋ ਗਏ ਨੇ ਬਹੁਤ ਮਾੜੀ ਗੱਲ ਹੈ ਉਧਰ ਸਾਬਕਾ ਉਪ ਮੁੱਖ ਮੰਤਰੀ ਤੇ ਕਾਂਗਰਸ ਦੇ ਸੀਨੀਅਰ ਲੀਡਰ ਸੁਖਜਿੰਦਰ ਸਿੰਘ ਰੰਧਾਵਾ ਨੇ ਵੀ ਤਿਤਲੀ ਸ਼ਬਦ ਵਰਤ ਕੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਰਾਜਕੁਮਾਰ ਚੱਬੇਵਾਲ ਤੇ ਤੰਜ ਕਸਦੇ ਹੋਏ ਕਿਹਾ ਕਦੀ ਢਾਲ ਢਾਲ ਕਦੀ ਪਾਤ ਪਾਤ ਤਿਤਲੀ ਬਣ ਉੱਡ ਚੱਲਿਆ ਜ਼ਮੀਰ ਤੇ ਇਮਾਨ ਇਸ ਦਰਮਿਆਨੇ ਵੀ ਖਬਰ ਮਿਲ ਰਹੀ ਹੈ ਕਿ ਆਮ ਆਦਮੀ ਪਾਰਟੀ ਦੀ ਦੂਸਰੀ ਲਿਸਟ ਵੀ ਪੰਜਾਬ ਦੇ ਵਾਸਤੇ ਤਿਆਰ ਹੋ ਗਈ ਹੈ ਪੰਜ ਉਮੀਦਵਾਰਾਂ ਦੇ ਨਾਮ ਤੇ ਪਾਰਟੀ ਨੇ ਅੰਦਰ ਖਾਤੇ ਮੋਰ ਲਾਹੀ ਦਿੱਤੀ ਹੈ ਪਹਿਲਾ ਨਾਮ ਤਾਂ ਰਾਜਕੁਮਾਰ ਚੱਬੇਵਾਲ ਦਾ ਹੀ ਦੱਸਿਆ ਜਾ ਰਿਹਾ ਹੈ ਹੁਸ਼ਿਆਰਪੁਰ ਤੋਂ ਟਿਕਟ ਦਿੱਤੀ ਜਾ ਸਕਦੀ ਹੈ ਲੁਧਿਆਣਾ ਸੀਟ ਤੇ ਆਪਣੇ ਰਾਜ ਸਭਾ ਮੈਂਬਰ ਸੰਜੀਵ ਰੋੜਾ ਨੂੰ ਮੈਦਾਨ ਦੇ ਵਿੱਚ ਉਤਾਰਨ ਤੇ ਪਾਰਟੀ ਕਹਿੰਦੇ ਵਿਚਾਰ ਕਰ ਰਹੀ ਹੈ ਫਿਲਹਾਲ ਪਾਰਟੀ ਨੂੰ ਲੁਧਿਆਣਾ ਦੇ ਵਿੱਚ ਇਹਨਾਂ ਤੋਂ ਵੱਡਾ ਚਿਹਰਾ ਕੋਈ ਨਜ਼ਰ ਨਹੀਂ ਆ ਰਿਹਾ ਕੋਈ ਆਮ ਬੰਦਾ ਨਹੀਂ ਮਿਲ ਰਿਹਾ ਅਨੰਦਪੁਰ ਸਾਹਿਬ ਦੇ ਲਈ ਮਾਲਵਿੰਦਰ ਸਿੰਘ ਕੰਗ ਦਾ ਨਾਮ ਵੀ ਸਾਹਮਣੇ ਆ ਰਿਹਾ ਹੈ ਜੋ ਕਿ ਆਮ ਆ ਬਾਕੀ ਦੋ ਸੀਟਾਂ ਤੇ ਨਵੀਆਂ ਤਿਤਲੀਆਂ ਲੱਭੀਆਂ ਜਾ ਰਹੀਆਂ ਨੇ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਪਾਰਟੀ ਦੇ ਦੋ ਹੋਰ ਸਾਬਕਾ ਪ੍ਰਧਾਨਾਂ ਨੂੰ ਨਾਲ ਲੈ ਕੇ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪ੍ਰੋਹੇ ਦੇ ਨਾਲ ਮੁਲਾਕਾਤ ਕੀਤੀ ਤੇ ਪੰਜਾਬ ਸਰਕਾਰ ਦੀ ਸ਼ਿਕਾਇਤ ਲਈ ਸਿੱਧੂ ਨੇ ਸ਼ਿਕਾਇਤ ਲਾਉਂਦੇ ਕਿਹਾ ਕਿ ਸੂਬੇ ਦੇ ਸਿਰ ਕਰੋੜਾਂ ਦਾ ਕਰਜ਼ਾ ਚੜ ਰਿਹਾ ਹੈ ਰਾਜਪਾਲ ਫੌਰਨ ਬਜਟ ਦੇ ਆਡਿਟ ਤੇ ਹੁਕਮ ਦੇਣ ਪੰਜਾਬ ਚ ਸਾਰੇ ਘੁਟਾਲਿਆਂ ਦੀ ਸੀਬੀਆਈ ਜਾਂਚ ਕਰਵਾਉਣ ਲਈ ਵੀ ਸਿੱਧੂ ਨੇ ਰਾਜਪਾਲ ਤੋਂ ਮੰਗ ਕੀਤੀ ਸਿੱਧੂ ਨੇ ਸਪਸ਼ਟ ਕੀਤਾ ਕਿ ਉਹ ਲੋਕ ਸਭਾ ਚੋਣ ਨਹੀਂ ਲੜਨਗੇ ਨਾਲ ਹੀ ਮੋਦੀ ਸਰਕਾਰ ਤੇ ਤੰਜ ਕੱਸਦੇ ਹੋਏ ਕਿਹਾ ਕਿ ਮੋਦੀ लहर के बीच खोटे भी चुन जीत जाते हैं जब मैंने लोकसभा में जाना ही नहीं है राज्यसभा किसी ने पांच 6 साल की राज्यसभा छोड़ी है पंजाब के लिए छोड़ी है किसी ने मंत्रालय छोड़े हैं कोई ऐसा बंदा हो जिसने मनमोहन सिंह जी की वेव में तीन इलेक्शन जीते और जब मोदी साहब की वेव आई गधे जीत गए तब उसने कहा मैं एमपी नहीं लड़ूंगा ਤੂੰ ਕਹੇ ਮੈਨੂੰ ਕਿਵੇਂ ਕਹੋਗੇ ਸਿੱਧੂ ਨੇ ਕਾਂਗਰਸ ਛੱਡ ਕੇ ਦੂਸਰੀਆਂ ਪਾਰਟੀਆਂ ਵਿੱਚ ਸ਼ਾਮਿਲ ਹੋਣ ਤੇ ਰਾਜਾ ਵੜਿੰਗ ਦਾ ਬਚਾਅ ਵੀ ਕੀਤਾ ਤਾਂਝ ਵੀ ਕਸਿਆ ਕਹਿੰਦੇ ਮੁਸ਼ਕਿਲ ਸਮੇਂ ਅਸਲੀ ਕਿਰਦਾਰਾਂ ਦਾ ਪਤਾ ਚੱਲਦਾ ਹੈ ਮੈਂ ਪਾਰਟੀ ਦੇ ਨਾਲ ਖੜਾ ਰਾਜਾ ਵੜਿੰਗ ਇਸ ਦੇ ਲਈ ਜ਼ਿੰਮੇਵਾਰ ਨਹੀਂ ਹਨ ਨਾਲ ਹੀ ਉਹਨਾਂ ਨੇ ਕਿਹਾ ਕਿ ਪਾਰਟੀ ਛੱਡਣ ਦੇ ਲਈ ਕੁਝ ਤਾਂ ਮਜਬੂਰੀਆਂ ਹੁੰਦੀਆਂ ਨੇ ਬਿਨਾਂ ਮਤਲਬ ਦੇ ਕੋਈ ਬੇਵਫਾ ਨਹੀਂ ਹੁੰਦਾ ਪ੍ਰਧਾਨ ਤੇ ਗੱਲ ਨਾ ਪਾਓ ਸਵਾਰੀ ਆਪਣੇ ਸਮਾਨ ਦੀ ਆਪ ਜ਼ਿੰਮੇਵਾਰ ਤੁਸੀਂ ਅਹੁਦੇ ਲੈਣ ਜਾ ਰਹੇ ਹੋ ਤੁਸੀਂ ਐਮਪੀ ਬਣਨ ਜਾ ਰਹੇ ਹੋ ਤੇ ਫਿਰ ਤੁਸੀਂ ਕਿੱਧਰਲੇ ਪਾਸੇ ਥੋੜੇ ਸਰਕਾਰ ਦੇ ਪਰ ਲੱਗ ਗਏ ਓਏ ਰਾਹੁਲ ਜੀ ਕਹਿੰਦੇ ਆ ਜਿਹੜੇ ਬੰਦੇ ਸਾਨੂੰ ਛੱਡ ਕੇ ਜਾਣਾ ਚਾਹੁੰਦੇ ਜਾਣ ਇਹਨੇ ਮੈਂ ਤਾਂ ਕੱਢਣੀ ਐ ਲੇਕਿਨ ਅਸੀਂ ਹਰੇਕ ਨੂੰ ਨਾਲ ਲਾ ਕੇ ਰੱਖਣ ਦੀ ਗੱਲ ਕੀਤੀ ਅਸੀਂ ਕਿਸੇ ਨੂੰ ਨਹੀਂ ਕਿਹਾ ਮੈਂ ਕਦੇ ਕਿਸੇ ਨੂੰ ਨਹੀਂ ਕਿਹਾ ਆ ਮੇਰੇ ਵੇਲੇ ਇੰਡਿਸਿਪਲਿਨ 100 ਕਰ ਜਾਂਦੇ 36000 ਵਰਕਰ ਬੋਲੇ ਮੇਰੇ ਭਰਾ ਨੇ ਉਹਨਾਂ ਨੂੰ ਬੋਲਣ ਦਾ ਹੱਕ ਹੈ ਡੈਮੋਕ੍ਰੇਸੀ ਇੰਟਰਨਲ ਮੈਂ ਕਦੇ ਕਿਸੇ ਦੇ ਖਿਲਾਫ ਨਹੀਂ ਬੋਲਿਆ ਭਾਰਤ ਸਰਕਾਰ ਨੇ ਮੁਲਕ ਨੂੰ ਇਲੈਕਟ੍ਰਿਕ ਵਾਨਾਂ ਦੇ ਲਈ ਨਿਰਮਾਣ ਸਥਾਨ ਵਜੋਤ ਸਾਹਿਤ ਕਰਨ ਦੇ ਲਈ ਈ ਵਾਨ ਨੀਤੀ ਨੂੰ ਪ੍ਰਵਾਨਗੀ ਦੇ ਦਿੱਤੀ ਹੈ ਵਣਜ ਤੇ ਉਦਯੋਗ ਮੰਤਰਾਲੇ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਜਿਸ ਵਿੱਚ ਘੱਟੋ ਘੱਟ ਨਿਵੇਸ਼ ਦੇ ਲਈ 4150 ਕਰੋੜ ਰੁਪਏ ਦੀ ਲੋੜ ਹੈ ਵੱਧ ਤੋਂ ਵੱਧ ਨਿਵੇਸ਼ ਦੀ ਕੋਈ ਹੱਦ ਨਹੀਂ ਹੈ ਉਹਨਾਂ ਨੇ ਅੱਗੇ ਕਿਹਾ ਕਿ ਭਾਰਤ ਵਿੱਚ ਨਿਰਮਾਣ ਸਹੂਲਤਾਂ ਸਥਾਪਿਤ ਕਰਨ ਲਈ 3 ਸਾਲਾਂ ਦੀ ਸਮਾਂ ਸੀਮਾ ਤੇ ਈਵੀ ਦਾ ਯਾਨਕੀ ਇਲੈਕਟ੍ਰਿਕ ਵਾਨਾਂ ਇਲੈਕਟ੍ਰਿਕ ਵਾਨਾਂ ਦਾ ਵਪਾਰਕ ਉਤਪਾਦਨ ਸ਼ੁਰੂ ਕਰਨ ਲਈ ਵੱਧ ਤੋਂ ਵੱਧ 5 ਸਾਲ ਦਾ ਸਮਾਂ ਲੱਗੇਗਾ ਚੰਡੀਗੜ੍ਹ ਪੰਚਕੁਲਾ ਅਤੇ ਮੁਹਾਲੀ ਯਾਨਕੀ ਕਿ ICIT ਦੇ ਵਿੱਚ ਸਿਰਫ ਦੋ ਕੋਚ ਵਾਲੀ ਮੈਟਰੋ ਹੀ ਚੱਲੇਗੀ ਕੇਂਦਰ ਨੇ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਭੇਜੇ ਮਤੇ ਨੂੰ ਖਾਰਜ ਕਰ ਦਿੱਤਾ ਹੈ ਰੇਲ ਇੰਡੀਆ ਤਕਨੀਕੀ ਅਤੇ ਆਰਥਿਕ ਸੇਵਾ ਦੇ ਵੱਲੋਂ ਹਾਲ ਹੀ ਵਿੱਚ ਮੈਟਰੋ ਰੂਟ ਦੇ ਅਲਾਈਨਮੈਂਟ ਦੇ ਵਿੱਚ ਕੁਝ ਸੋਧ ਕੀਤੀ ਗਈ ਸੀ ਇਸ ਅਨੁਸਾਰਿਆ ਨੇ ਮਨਜ਼ੂਰ ਕਰ ਲਿਆ ਸੀ ਹੁਣ ਇਸ ਮਤੇ ਨੂੰ ਸਬੰਧਿਤ ਮੰਤਰਾਲੇ ਨੂੰ ਭੇਜਿਆ ਜਾਵੇਗਾ ਪਹਿਲੇ ਗੇਟ ਦੇ ਵਿੱਚ 70 ਕਿਲੋਮੀਟਰ ਦੀ ਲਾਈਨ ਤਿਆਰ ਹੋਵੇਗੀ ਸੁਪਰੀਮ ਕੋਰਟ ਨੇ 1984 ਸਿੱਖ ਕਤਲਿਆਂ ਦੇ ਦੋਸ਼ੀਆਂ 'ਚੋਂ ਇੱਕ ਸਾਬਕਾ ਕਾਂਗਰਸੀ ਕੌਂਸਲਰ ਬਲਵਾਨ ਖੋਖਰ ਦੇ ਵੱਲੋਂ ਦਾਇਰ ਫਰਲੂ ਅਰਜ਼ੀ ਤੇ ਕੇਂਦਰੀ ਜਾਂਚ ਵਿਰੋਧ ਜਵਾ ਮੰਗ ਆਂਜਨੇ ਸੀਬੀਏ ਦੇ ਵਕੀਲ ਨੂੰ ਜਵਾਬਦੇਹ ਕਰਨ ਦੇ ਲਈ ਕਿਹਾ ਹੈ ਕਹਿੰਦੇ ਸ਼ਾਇਦ ਇਸ ਨੂੰ ਅਸੀਂ ਅਥਾਰਟੀ ਦੇ ਕੋਲ ਭੇਜ ਸਕਦੇ ਹਾਂ 1 2 ਨਵੰਬਰ 1984 ਨੂੰ ਦਿੱਲੀ ਦੀ ਪਾਲਮ ਕਲੋਨੀ ਦੇ ਰਾਜਨਗਰ ਇਲਾਕੇ ਵਿੱਚ ਪੰਜ ਸਿੱਖਾਂ ਨੂੰ ਖਤਮ ਕਰਨ ਤੇ ਇੱਕ ਗੁਰੂ ਘਰ ਨੂੰ ਸਾੜਨ ਦਾ ਇਹ ਮਾਮਲਾ ਹੈ ਉਸ ਮਾਮਲੇ ਵਿੱਚ ਖੋਖਰ ਨੂੰ 2013 ਦੇ ਵਿੱਚ ਹੇਠਲੀ ਅਦਾਲਤ ਨੇ ਦੋਸ਼ੀ ਠਹਿਰਾਇਆ ਸੀ ਉਮਰ ਕਿਆ ਦੇ ਸਜ਼ਾ ਸੁਣਾਈ ਸੀ 2018 ਦੇ ਵਿੱਚ ਦਿੱਲੀ ਹਾਈ ਕੋਰਟ ਨੇ ਹੇਠਲੀ ਅਦਾਲਤ ਦੇ ਹੁਕਮਾਂ ਦੀ ਪੁਸ਼ਟੀ ਕੀਤੀ ਸੀ ਹਾਈ ਕੋਰਟ ਦੇ ਹੁਕਮਾਂ ਨੂੰ ਮੌਜੂਦਾ ਅਪੀਲ ਰਾਹੀਂ ਸੁਪਰੀਮ ਕੋਰਟ ਦੇ ਵਿੱਚ ਚੈਲੰਜ ਕੀਤਾ ਗਿਆ ਸੀ 2020 ਦੇ ਵਿੱਚ ਸੁਪਰੀਮ ਕੋਰਟ ਨੇ ਖੋਖਰ ਨੂੰ ਆਪਣੇ ਮ੍ਰਿਤਕ ਪਿਤਾ ਦੇ ਸੰਸਕਾਰ ਵਿੱਚ ਸ਼ਾਮਲ ਹੋਣ ਲਈ 4 ਹਫ਼ਤਿਆਂ ਦੀ ਪੈਰੋਲ ਦਿੱਤੀ ਸੀ ਪੰਜਾਬ ਦੀਆਂ ਵੱਡੀਆਂ ਖਬਰਾਂ ਦੇ ਇਸ ਖਾਸ ਬੁਲੇਟਿਨ ਦੇ ਵਿੱਚ ਤੁਹਾਡੇ ਸਭ ਤੋਂ ਇਜਾਜ਼ਤ ਚਾਹੁੰਦੇ ਆ ਧੰਨਵਾਦ